ਵੇ ਇੰਨੀ ਸੋਹਣੀ ਤੈਨੂੰ ਨੂੰਹ ਮਿਲ ਗਈ, ਹੋਰ ਦੱਸ ਕੀ ਭਾਲਦੀਆਂ ਤੂੰ ਹੈਂ। ਹੋਰ ਗੁਰਪ੍ਰੀਤ ਕੀ ਕਰਦੀਆਂ? ਹਾਂ ਸਤਿ ਸ਼੍ਰੀ ਅਕਾਲ ਭੈਣ। ਸਤਿ ਸ਼੍ਰੀ ਅਕਾਲ, ਠੀਕ ਠਾਕ ਹੈ? ਹਾਂ ਤੂੰ ਦੱਸ ਭੈਣ? ਵਧੀਆ ਵਧੀਆ ਵਧੀਆ। ਹੋਰ ਨਿਬੇੜ ਲਿਆ ਕੰਮ? ਹਾਂ ਨਿਬੇੜ ਲਿਆ, ਅਸੀਂ ਨਿਬੇੜ ਜਾਂਦੇ ਹਾਂ, ਅਸੀਂ ਰਹਿ ਗਏ ਫਰਸ਼ ਜਾ ਧੋਣ ਵਾਲਾ। ਚੱਲ ਆ ਕਤੂਰਿਆਂ ਦੇ ਵਧੀਆ ਖੇਡ ਲੱਗੀ ਰਹਿੰਦੀ ਹੋਵੇਗੀ ਹੈ। ਹੋਰ ਚੱਕ ਕੇ ਧਰ ਦਿੰਦੇ ਹਾਂ, ਕਦੇ ਚੱਕ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਬੇਬੇ, ਹੋਰ ਠੀਕ ਹੈ? ਹਾਂ ਠੀਕ ਆ, ਤੂੰ ਠੀਕ ਹੈ? ਹੋਰ ਵਧੀਆ। ਮੈਂ ਕਿਹਾ ਬੇਬੇ ਕੋਲ ਗੇੜਾ ਮਾਰ ਕੇ ਆਵਾਂ ਵਿਹਲੀ ਜੀ। ਚੱਲ ਚੱਲ ਵਧੀਆ ਕਰਿਆ ਪੁੱਤ ਆ ਗਈ, ਹੁਣ ਤਾਂ ਤੂੰ ਪਿੰਡ 'ਚ ਹੀ ਰਹਿਣੀ ਹੈ, ਹੁਣ ਤਾਂ ਤੇਰੀ ਖੈਰ ਸੁੱਖ ਦਾ ਪਤਾ ਲੱਗ ਜਾਂਦਾ। ਪਹਿਲਾਂ ਪੁੱਤ ਦੂਰ ਹੁੰਦੀ, ਉਦੋਂ ਐਂ ਰਹਿੰਦਾ ਵੀ ਪਤਾ ਨਹੀਂ ਕਦੋਂ ਆਊਗੀ, ਡੀਕਦੇ ਰਹਿੰਦੇ। ਸਹੀ ਗੱਲ ਹੈ ਬੇਬੇ। ਹੋਰ ਬੇਬੇ, ਪਹਿਲਾਂ ਮੈਨੂੰ ਵੀ ਔਖਾ ਸੀ ਗੇੜਾ ਮਾਰਨਾ ਤੇਰੇ ਕੋਲ, ਕਬੀਲਦਾਰੀ 'ਚੋਂ ਨਿਕਲਿਆ ਜਾਣ ਦੀਗਾ, ਹੁਣ ਮਿੰਟਾਂ ਸਕਿੰਟਾਂ 'ਚ ਆ ਜਾਣੀਆਂ, ਸੌਖਾ ਹੋ ਗਿਆ ਵਧੀਆ। ਨਾਲੇ ਸਾਡਾ ਉੱਥੇ ਬੇਬੇ ਰਹਿ ਵੀ ਕੀ ਗਿਆ ਤੀ, ਜਿਹੜੇ ਭਾਈਆਂ ਨਾਲ ਹੀ ਫਰਕ ਪੈ ਗਿਆ ਜਿਹਦਾ। ਹੋਰ ਪੁੱਤੇ ਤਾਂ ਸਹੀ ਗੱਲ ਹੈ ਤੇਰੀ, ਜੱਸੇ ਦੇ ਵਿਚਾਰੇ ਦੇ ਭਾਈ ਵੀ ਵਾਲੇ ਖੋਟੇ ਨਿਕਲ ਗਏ। ਹੋਰ ਬੇਬੇ ਸਾਰੇ ਪਿੰਡ ਨੂੰ ਹੀ ਪਤਾ, ਇਹਨਾਂ ਤਾਂ ਆਪਦੇ ਛੋਟੇ ਭਾਈਆਂ ਨਾਲ ਕੋਈ ਫਰਕ ਨਹੀਂ ਰੱਖਿਆ ਤੀ ਕਦੇ, ਉਹਨਾਂ ਨੂੰ ਪੜ੍ਹਾਇਆ ਲਿਖਾਇਆ, ਪਾਲੇ ਪੋਸੇ, ਵਿਆਹ ਕਰੇ ਉਹਨਾਂ ਦੇ, ਹੈਂ ਇਹਦਾ ਜਾਨ ਵਾਰਦਾ ਤੇ ਉਹਨਾਂ ਤੋਂ। ਉਹਨਾਂ ਨੇ ਦੇਖ ਲਿਆ ਸਾਡੇ ਨਾਲ ਕੀ ਕਰੀ, ਅੱਧਾ ਕਿੱਲਾ ਜ਼ਮੀਨ ਤਾਂ ਦੱਬ ਗਏ ਉਹ ਸਾਡਾ, ਇਹਨਾਂ ਦਾ ਮਨ ਫਿੱਕੇ ਪੈ ਗਿਆ। ਇਹ ਕਹਿੰਦੇ ਆਪਾਂ ਤਾਂ ਹੁਣ ਇਹ ਪਿੰਡ 'ਚ ਰਹਿਣੀ ਨਹੀਂ ਹੈਗਾ। ਫਿਰ ਅਸੀਂ ਸੋਚਿਆ, ਅਖੀਰ ਅਸੀਂ ਆਹ ਫੈਸਲਾ ਕਰਿਆ, ਫਿਰ ਇਹ ਕਹਿੰਦੇ ਇੱਥੋਂ ਤਾਂ ਆਪਾਂ ਚੱਲਦੇ ਹਾਂ ਵੀ ਤੇਰੇ ਪਿੰਡ ਲੈ ਲੈਣੀ, ਜਿਹੜੀ ਥੋੜ੍ਹੀ ਬਹੁਤੀ ਜ਼ਮੀਨ ਲੈਣੀ ਹੈ ਇੱਥੋਂ ਆਪਾਂ ਚੱਲੀਏ। ਚੱਲ ਵਧੀਆ ਕਰਿਆ ਪੁੱਤ, ਹੋਰ ਪਿੰਡ ਵੀ ਲੈਣੀ ਤੀ, ਚੱਲ ਉਰੇ ਸਾਡੇ ਲਵੇ ਆ ਗਏ ਨਾਲੇ। ਹੋਰ ਬੇਬੇ ਚੱਲ ਚੱਲ ਪੁੱਤ, ਆ ਵੀ ਵਧੀਆ ਹੋ ਗਿਆ, ਨਛੱਤਰ ਮਾਸਟਰ ਦਾ ਘਰ ਪਿਆ ਪਵਾਇਆ ਮਿਲ ਗਿਆ, ਵਧੀਆ ਸੌਦਾ ਰਲ ਗਿਆ ਉਹਦੇ ਨਾਲ। ਬਾਕੀ ਚਾਰ ਕਿੱਲਿਆਂ ਦੀ ਬਾਹੀ ਤੇ ਤੁਹਾਡਾ ਘਰ ਹੈ, ਕਿਹੜਾ ਦੂਰ ਹੈ, ਆ ਵੀ ਸੁੱਖ ਹੋ ਗਿਆ ਪੁੱਤ। ਹਾਂ ਬੇਬੇ ਸੁੱਖ ਤਾਂ ਹੋ ਹੀ ਗਿਆ, ਬੋਲ ਮਾਰਿਆ ਸੁਣਦਾ ਹੈ, ਇੱਥੇ ਵੱਟ ਤੇ ਖੜ ਕੇ ਬੋਲ ਮਾਰਨੇ ਚਾਹੀ। ਹੋਰ ਹੋਰ ਬੱਬੂ ਖੇਤ ਗਿਆ ਹੋਇਆ? ਹਾਂ ਖੇਤ ਗਿਆ ਹੋਇਆ ਪੁੱਤ। ਅੱਛਾ, ਇਹ ਵੀ ਮੈਨੂੰ ਕਹਿੰਦੇ ਵੀ ਮੈਂ ਖੇਤ ਗੇੜਾ ਮਾਰ ਕੇ ਆਉਣਾ, ਮੈਂ ਚੱਲ ਤੁਸੀਂ ਗੇੜ ਗੇੜ ਮਾਰਿਆ ਹੋਏ ਨੇ, ਮੈਂ ਬੇਬੇ ਕੋਲੇ ਮਾਰਿਆ ਹੋਣੀ ਆ ਗੇੜਾ, ਮੈਂ ਤਾਂ ਗੇਟ ਨੂੰ ਜਿੰਦਾ ਲਾਇਆ ਹੀ। ਅੱਛਾ ਚੱਲ ਵਧੀਆ ਕਰਿਆ ਪੁੱਤ ਆ ਗਈ, ਆ ਵੀ ਸ਼ੁਕਰ ਹੈ ਪੁੱਤ, ਆਪਣੇ ਖੇਤਾਂ ਦਾ ਵੀ ਕੋਈ ਬਾਹਲਾ ਫਰਕ ਨਹੀਂ ਹੈਗਾ, ਹੁਣ ਥੋੜਾ ਮੋਟਾ ਤਾਂ ਹੁੰਦਾ ਹੀ ਹੈ ਪੁੱਤ। ਹਾਂ ਬੇਬੇ ਕੋਈ ਦੂਰ ਨਹੀਂ ਹੈਗਾ, ਚਾਰ ਕਿੱਲਿਆਂ ਦੀ ਵਿੱਥੀ ਹੈ ਬੇਬੇ, ਕੋਈ ਬਾਹਲੀ ਦੂਰ ਨਹੀਂ ਹੈਗਾ, ਕਦੇ ਬੱਬੂ ਇਹਦੇ ਕੋਲੇ ਆ ਜਾਂਦਾ, ਕਦੇ ਇਹ ਬੱਬੂ ਕੋਲੇ ਵਗ ਜਾਂਦੇ ਨੇ ਗੱਲਾਂ ਮਾਰਨ। ਚੱਲ ਵਧੀਆ ਪੁੱਤ, ਨਾਲ ਇਕੱਠੇ ਰਹਿੰਦੇ ਨੇ ਦੋਨੇ। ਹਾਂ ਹੋਰ ਬੇਬੇ ਗੁਰਪ੍ਰੀਤ ਜੀ ਵਧੀਆ ਲੱਗ ਰਹੇ, ਮੈਂ ਵੀ ਗਿਣੀ ਜਾਂਦੀ ਹਾਂ ਦਿਨ, ਅੱਜ ਵਿਆਹ ਨੂੰ ਨਾ 4 ਮਹੀਨੇ 7 ਦਿਨ ਹੋ ਗਏ। ਨਾ ਜੀ ਲੱਗਣ ਨੂੰ ਕੀ ਹੋਇਆ ਪੁੱਤ, ਚੰਗਾ ਖਾਂਦੀ ਹੈ ਚੰਗਾ ਦੜਕਾਉਂਦੀ ਹੈ, ਆਪਾਂ ਤਾਂ ਨੰਗਾਂ ਦੇ ਫਸ ਗਏ, ਮੈਨੂੰ ਤਾਂ ਬਾਹਲਾ ਪਛਤਾਵ ਹੈ। ਜੇ ਤੂੰ ਸੱਚੀ ਪੁੱਛਦੀ ਹੈ ਨਾ, ਆਪਾਂ ਤਾਂ ਡੋਬ ਬੈਠੇ ਆਪਣੇ ਬੱਬੂ ਨੂੰ। ਲੈ ਬੇਬੇ ਐਵੇਂ ਮਾਰੀ ਜਾਂਦੀ ਹੈ ਤੂੰ, ਹੋਰ ਆਪਾਂ ਨੂੰ ਕੀ ਚਾਹੀਦਾ, ਵਧੀਆ ਘਰ ਬਾਰ ਮਿਲ ਗਿਆ, ਵਧੀਆ ਤੈਨੂੰ ਨੂੰਹ ਮਿਲ ਗਈ, ਪੜ੍ਹੀ ਲਿਖੀ ਨੂੰਹ ਮਿਲ ਗਈ, ਵਧੀਆ ਹੈ, ਵਧੀਆ ਕੰਮ ਕਾਜ ਕਰਦੇ ਵਿਚਾਰੀ, ਕੀ ਡੋਬ ਤੇ ਆਪਾਂ। ਹੋਰ ਡੋਬ ਤਾਂ ਬੈਠੇ ਪੁੱਤ, ਹੋਰ ਕੀ ਕਸਰ ਹੈ, ਕੀ ਸੋਹਣਾ ਆਪਣਾ ਬੱਬੂ ਹੈ, ਕਿੰਨਾ ਨਰਮ ਸੁਭਾਅ ਹੈ, 6 ਕਿੱਲੇ ਜ਼ਮੀਨ ਆਉਂਦੀ ਤੀ, ਘਰ ਦੇਣ ਦਾ ਤਾਂ ਉਹਨਾਂ ਦਾ ਹੱਕ ਬਣਦਾ ਹੀ ਸੀ, ਆਪਣੇ ਬੱਬੂ 'ਚ ਕਾਹਦੀ ਘਾਟਤੀ। ਬੇਬੇ ਤੂੰ ਕਿੰਨੀ ਜੀ ਗੱਲਾਂ ਲੈ ਕੇ ਬਹਿ ਗਈ, ਹੈਰਾਨ ਆ ਮੈਂ ਤਾਂ ਤੇਰੇ ਤੇ, ਅਗਲੇ ਨੇ ਆਪਦੀ ਖੁਸ਼ੀ ਨਾਲ ਆਪਦੀ ਤੈਨੂੰ ਮੋਟਰਸਾਈਕਲ ਦੇਤਾ, ਕਾਰ ਆਪਾਂ ਆਪਣੇ ਘਰੋਂ ਲੈ ਲਾਂਗੇ, ਇੰਨਾ ਲਾਲਚ ਨਹੀਂ ਕਰੀਦਾ ਹੁੰਦਾ, ਲਾਲਚ ਪੂਰੀ ਬਲਾ ਹੁੰਦੀ ਹੈ। ਆਪ ਤਾਂ ਲਈ ਲਊ ਆ, ਸਵਾਦ ਤਾਂ ਤੀ ਜੇ ਉਹ ਦਿੰਦੇ, ਐਂ ਤਾਂ ਸੋਚਣਾ ਤੀ ਉਹਨਾਂ ਨੇ ਵੀ 6 ਕਿੱਲੇ ਆਉਂਦੇ ਨੇ ਮੁੰਡੇ ਨੂੰ, ਜੇ ਮਹਿੰਗੀ ਨਹੀਂ ਦੇਣੀ ਤੀ ਸਸਤੀ ਤਾਂ ਦੇ ਸਕਦੇ ਤੇ ਉਹ। ਬੇਬੇ ਸਸਤੀ ਤੋਂ ਸਸਤੀ ਕਾਰ ਵੀ ਘੱਟੋ ਘੱਟ 10 ਲੱਖ ਤੋਂ ਘੱਟ ਨਹੀਂ ਬਣਦੀ ਹੈਗੀ ਅੱਜ ਕੱਲ੍ਹ, ਨਾਲੇ ਆਪਾਂ ਭੁੱਖ ਕਿਉਂ ਦਿਖਾਈਏ, ਪਰਮਾਤਮਾ ਦੇ ਤਾਂ ਸਾਰਾ ਕੁਛ ਤਾਂ ਹੈਗਾ, ਆਪਣੇ ਘਰੋਂ ਲੈ ਲਾਂਗੇ ਆਪਾਂ। ਹੈਗਾ ਤਾਂ ਆਪਣੇ ਸਾਰਾ ਕੁਛ ਹੈ, ਉਹ ਤਾਂ ਮੈਂ ਤੇਰੀ ਗੱਲ ਮੰਨਦੀ ਹਾਂ, ਪਰ ਮੈਨੂੰ ਤਾਂ ਹੈਗਾ ਸੀ ਵੀ ਕਾਰ ਦੇਣਗੇ ਮੇਰੇ ਮੁੰਡੇ ਨੂੰ, ਨਾਲੇ ਸੁੱਖ ਤਾਂ ਇਹਨਾਂ ਨੂੰ ਹੀ ਤੀ, ਵਿਚੋਲਣ ਤਾਂ ਕਹਿੰਦੀ ਤੀ ਵੀ ਕੁੜੀ ਵਾਲੇ ਫੁੱਲ ਦੇਣਗੇ ਲੈਣ ਦੇਣ, ਮੈਨੂੰ ਮੁੜ ਕੇ ਉਹ ਟੱਕਰੀਓ ਹੀ ਨਹੀਂ, ਹੁਣ ਤਾਂ ਮੈਂ ਦਿਉਂ ਪਤਾ ਵੀ ਤੂੰ ਇੰਨੀਆਂ ਵਡਿਆਈਆਂ ਮਾਰਦੀ ਤੀ, ਦਿੱਤਾ ਇਹਨਾਂ ਨੇ ਕੀ ਹੈ, ਵਡਿਆਈਆਂ ਪੂਰੀਆਂ ਕਰਦੀ ਤੀ ਇਹ,
ਕੁੜੀ ਵਾਲੇ ਐ ਨੇ, ਕੁੜੀ ਵਾਲੇ ਬਾਹਨ ਆ, ਕੁੜੀ ਵਾਲੇ ਤਾਂ ਬਾਹਲਾ ਕੁਛ ਦੇਣਗੇ। ਮੇਰੀ ਗੱਲ ਸੁਣ ਲੈ ਬੇਬੇ, ਐਵੇਂ ਨਾ ਕੋਈ ਚੰਚਲਾ ਦੀ ਕੋਈ ਪੰਗਾ ਨਾ ਖੜਾ ਕਰਦੀ, ਸ਼ੁਕਰਾਨਾ ਕਰੀ ਨਾ ਹੁੰਦਾ ਪਰਮਾਤਮਾ ਦਾ ਵੀ ਜਿਹੜਾ ਕੁਛ ਹੋ ਗਿਆ ਵਧੀਆ ਹੋ ਗਿਆ। ਤੂੰ ਐਂ ਦੇਖ, ਪੜ੍ਹੀ ਲਿਖੀ ਤੈਨੂੰ ਨੂੰ ਮਿਲ ਗਈ, ਕੰਮ ਕਾਰ ਤੇਰਾ ਸਾਰਾ ਕਰਦੀ ਹੈ, ਬੈਠੀ ਨੂੰ ਤੈਨੂੰ ਰੋਟੀ ਪੂਈ ਜੇ, ਲੋਕਾਂ ਤਾਂ ਰੋਟੀ ਦਿੰਦੀਆਂ ਨੂੰ, ਹਾਂ ਜਿਹੜੀਆਂ ਕਾਰਾਂ ਗੱਡੀਆਂ ਲਈਆਂ ਨੇਗੀਆਂ। ਚੁੱਪ ਕਰ ਜਾ ਚੰਗਾ ਗੁਰਪ੍ਰੀਤ ਆਉਂਦੀ ਹੈ। ਔਰ ਭੈਣ ਠੀਕ ਠਾਕ? ਹਾਂ ਠੀਕ ਠਾਕ, ਮੈਂ ਕਿਹਾ ਗੇੜਾ ਮਾਰ ਕੇ ਆਉਣੀ ਹੈ। ਚੱਲ ਔਰ ਤੇਰਾ ਬਾਈ ਖੇਤ ਨੂੰ ਗਿਆ ਸੀਗਾ, ਮੈਂ ਗੇੜਾ ਮਾਰ ਆਉਣੀ। ਚੱਲ ਮੈਂ ਚਾਹ ਬਣਾ ਕੇ, ਕੋਈ ਨਾ ਆਪਾਂ ਫੇਰ ਪੀ ਲਾਂਗੇ, ਮੈਂ ਉਰੀ ਹਾਂ ਹਜੇ, ਕਰਦੇ ਹਾਂ ਆਪਾਂ ਗੱਲਾਂ ਬਾਤਾਂ, ਜਦੋਂ ਜੀ ਕਰੂਗਾ ਪੀ ਲਾਂਗੇ ਕੋਈ ਨਾ। ਤੂੰ ਐਂ ਕਰ, ਮੇਰੀ ਗੱਲ ਸੁਣ, ਪੋਸਟਾਂ ਪੁਸਟਾਂ ਭਰਦੀ ਰਿਹਾ ਕਰ, ਜਿਹੜੇ ਹਿਸਾਬ ਨਾਲ ਤੂੰ ਪੜ੍ਹੀ ਲਿਖੀ ਆ ਨਾ, ਤੇਰੇ ਨੰਬਰ ਨੇ, ਨੌਕਰੀ ਤੈਨੂੰ ਪੱਕਾ ਮਿਲ ਜੂਗੀ। ਨਾ ਨਾ ਭਰਿਆ ਕਰੂੰਗੀ ਭੈਣੇ। ਹੋਰ ਭਰ ਦਿਆ ਕਰ, ਕੋਈ ਨਾ ਲੰਘਣ ਦਿਆ ਕਰ ਖਾਲੀ। ਨਾ ਨਾ ਕੋਈ ਨਾ, ਕਿਤੇ ਕੌਲ ਕਰ ਜਾਏ ਭਰਨ ਦੀ। ਨਾ ਨਾ ਭਰਿਆ ਕਰੂੰ। ਚੱਲ ਸੁਖਪਾਲ ਤੂੰ ਬੈਠ 10 ਮਿੰਟ, ਮੈਂ ਨਾ ਆਇਆ ਵਾਂ। ਨਾ ਆਇਆ ਬੱਬੂ ਕੋਲੇ ਗੇੜਾ ਮਾਰ ਕੇ ਆਈਏ ਯਾਰ, ਕੰਮ ਤਾਂ ਨਿਬੜ ਗਿਆ, ਹਰੇ ਵੱਢ ਕੇ ਹਟਿਆ ਸੀ ਮੈਂ ਵੀ। ਨਾ ਚੱਲ ਫਿਰ ਵਧੀਆ, ਮੈਂ ਆ ਗਿਆ, ਮੇਰਾ ਵੀ ਹੁਣ ਨਿਬੜ ਗਿਆ ਸੀ ਕੰਮ ਧੰਦਾ। ਅੱਛਾ, ਹੋਰ ਆ ਤਾਂ ਚੱਲ ਵਧੀਆ ਹੋ ਗਿਆ, ਤੈਨੂੰ ਖੇਤ ਮੇਰੇ ਲਵੇ ਮਿਲ ਗਿਆ ਹਨਾ। ਹੋਰ ਹੋਰ ਨੇੜੇ ਦਾ ਸੁਖੀ ਹੈ, ਲਾਹੌਰ ਬਾਈ ਸੁਖ ਤੁਰਦੀ ਹੈ, ਬਹੁਤ ਵਧੀਆ ਹੋ ਗਿਆ ਤਾਂ। ਹੋਰ ਆਇਆ ਜੇ ਕੋਲੇ ਹੁਣ ਤੇ ਮੇਰੇ ਕੋਲੇ ਕੰਮ ਬਾਲਾ ਹੈ, ਤੂੰ ਮੇਰੇ ਨਾਲ ਕੰਮ ਕਰਾਤਾ, ਜੇ ਤੇਰੇ ਕੋਲੇ ਕੋਈ ਕੰਮ ਹੈ ਤਾਂ ਮੈਂ ਕਰਾਤਾ ਜਾ ਕੇ ਲਾਹੌਰ। ਹੁਣ ਇਹ ਤਾਂ ਹੁੰਦੀ ਹੈ, ਇਹ ਤਾਂ ਚੱਲ ਨੇੜੇ, ਜੇ ਤੂੰ ਦੂਰ ਹੁੰਦਾ ਮੈਂ ਤਾਂ ਵੀ ਆ ਜਾਂਦਾ ਉੱਥੇ। ਹੈ ਹਾਂ, ਫਿਰ ਕਿਉਂ ਭਾਗ ਇਧਰ ਇਥੋਂ ਕੰਮ ਦਿੰਦੇ ਨੂੰ? ਨਾ ਨਾ ਉਹ ਤਾਂ ਠੀਕ ਹੈ, ਹਾਂ ਆਉਂਦਾ ਫਿਰ ਮੈਂ ਲਾਜ਼ਮੀ। ਬਹੁਤ ਬਾਈ, ਹੁਣ ਤਾਂ ਤੇਰਾ ਤਾਂ ਮੈਨੂੰ ਭਰਾਵਾਂ ਵਰਗਾ ਸਹਾਰਾ ਹੈ, ਬਹੁਤ ਮੈਨੂੰ ਤਾਂ ਆਸਰਾ ਤੇਰਾ। ਮੇਰੇ ਭਾਈਆਂ ਨੇ ਤਾਂ ਮੇਰੇ ਨਾਲ ਕਰੀ ਹੈ ਜਿਹੜੀ, ਤੈਨੂੰ ਪਤਾ ਹੀ ਹੈ, ਜਿਹਨੇ ਇੰਨਾ ਕੁਛ ਕਰਿਆ ਹੋਵੇ ਉਹ ਵੀ ਐ ਕਰ ਸਕਦੇ ਨੇ ਯਾਰ। ਜਦੋਂ ਬਾਈ ਅਸੀਂ ਤੁਹਾਡੇ ਪਿੰਡ ਗਏ ਸੀ, ਸਾਨੂੰ ਘੱਟੋ ਘੱਟ 10 ਬੰਦੇ ਨੇ ਆਖਿਆ ਵੀ ਜੱਸਾ ਸਹੀ ਹੈ, ਇਹਦੇ ਭਾਈਆਂ ਨੇ ਧੱਕਾ ਕਰਿਆ ਇਹਦੇ ਨਾਲ। ਕਹਿਣੀ ਤੀ ਬਾਈ, ਸਾਡਾ ਤਾਂ ਸਾਰਾ ਪਿੰਡ ਯਾਰ ਇਹ ਗੱਲ ਨੂੰ ਮੰਨਦਾ ਹੈ ਵੀ ਜੱਸੇ ਦਾ ਕੋਈ ਕਸੂਰ ਹੀ ਨਹੀਂ, ਕਸੂਰ ਸਾਰਾ ਵੀ ਇਹਦੇ ਭਾਈਆਂ ਦਾ। ਪਰ ਆਇਆ ਯਾਰ ਪਿੰਡ 'ਚ ਹੁਣ ਆਮ ਬੰਦਾ ਕਿਹਦੇ ਨਾਲ ਖੜੇ? ਅਗਲਾ ਕਹਿੰਦਾ ਭਾਈਆਂ ਦਾ ਮਸਲਾ ਯਾਰ, ਵੀ ਆਪਾਂ ਨਹੀਂ। ਹਾਂ, ਅਗਲਾ ਵਿੱਚ ਪੈਂਦਾ ਨਹੀਂ ਨਾ। ਹਾਂ ਇਹ ਤਾਂ ਗੱਲ ਹੈਗੀ ਹੈ, ਇੱਕ ਮੂੰਹੋਂ ਨਹੀਂ ਅਗਲਾ ਕਹਿੰਦਾ, ਸੋਚਦਾ ਤਾਂ ਹੁੰਦਾ ਹੀ ਅਗਲਾ। ਮੈਂ ਤੈਨੂੰ ਦੱਸੀ ਦਾ ਯਾਰ, ਹੁਣ 10 ਬੰਦਿਆਂ ਨੇ ਕਿਹਾ ਘੱਟੋ ਘੱਟ। ਪਤਾ ਸਭ ਨੂੰ ਹੈ, ਸਾਰਾ ਪਿੰਡ ਨੂੰ ਪਤਾ ਹੈ, ਬੱਚੇ ਬੱਚੇ ਨੂੰ ਪਤਾ ਹੈ ਆਪਣੇ ਬਾਰੇ। ਪਤਾ ਤਾਂ ਹੁੰਦੀ ਹੈ ਬਾਈ, ਪਤਾ ਤਾਂ ਕਿਵੇਂ ਨਾ ਹੋਵੇ। ਤੂੰ ਹੋਰ ਦੇਖ ਲੈ, ਸਰਪੰਚ ਨੂੰ ਤਾਂ ਪੱਖ ਲੈਣਾ ਚਾਹੀਦਾ ਤੀ। ਹੈਂ, ਸਰਪੰਚ ਨੂੰ ਮੈਂ ਕਿਹਾ, ਮੈਂ ਕਿਹਾ ਯਾਰ ਸਰਪੰਚਾ ਤੂੰ ਤਾਂ ਯਾਰ ਗੱਲ ਸਹੀ ਯਾਰ ਕਹਿ ਯਾਰ ਮਾੜਾ ਮੋਟਾ ਦਬਕੇ ਨਾਲ। ਕਹਿੰਦਾ ਬਾਈ ਮੈਂ ਤੇਰੇ ਸਾਹਮਣੇ ਕਹਿ ਤਾਂ ਦਿੱਤਾ ਯਾਰ ਵੀ ਯਾਰ ਜੱਸੇ ਦਾ ਕਸੂਰ ਨਹੀਂ ਹੈਗਾ, ਤੁਸੀਂ ਜੱਸੇ ਨਾਲ ਧੱਕਾ ਕਰੀ ਜਾਂਦੇ ਹੋ, ਕਹੀ ਸਕਦੇ ਹੁੰਦੇ ਆ। ਕਹਿੰਦਾ ਆਪਾਂ ਪੰਚਾਇਤ ਵਾਲੇ ਹੋਰ ਆਪਾਂ ਕਿਸੇ ਨੂੰ ਗੋਲੀ ਤਾਂ ਮਾਰਦੇ, ਉਹ ਮੈਂ ਕਹਿੰਦਾ ਕਹਿਤਾ ਤੇਰੇ ਸਾਹਮਣੇ, ਪੰਚਾਇਤ ਨੇ ਤਾਂ ਹੁਣ ਕਹਿਤਾ ਸੀਗਾ ਵੀ ਅੱਧਾ ਕਿਲਾ ਇਹਨੂੰ ਤੁਸੀਂ ਵਾਪਸ ਮੋੜੋ, ਭਾਈ ਇਹ ਤੁਹਾਡਾ ਧੱਕਾ। ਜਾਂ ਤਾਂ ਹੁਣ ਐਂ ਲਾ ਲਿਆ ਵੀ ਪੰਚਾਇਤ ਵਾਲੇ ਜਾਂ ਸਰਪੰਚ ਮੇਰੇ ਨਾਲ ਸ਼ਰੇਆਮ ਖੜਦਾ, ਹੈਂ ਥਾਣੇ ਦਰਬਾਰੇ ਹੀ ਮੈਨੂੰ ਮਦਦ ਦਿੰਦਾ, ਫਿਰ ਤਾਂ ਠੀਕ ਸੀਗਾ। ਪਰ ਹੁਣ ਸ਼ਰੇਆਮ ਕੋਈ ਕੌਣ ਖੜਦਾ ਨਹੀਂ ਹੁੰਦਾ ਬਾਈ, ਤੈਨੂੰ ਪਤਾ ਹੀ ਹੈ ਕੌਣ ਖੜਦਾ ਕਿਸੇ ਨਾਲ। ਫਿਰ ਮੇਰਾ ਮਨ ਟੁੱਟ ਗਿਆ ਯਾਰ, ਮੈਂ ਆਖਿਆ ਯਾਰ ਇਹ ਪਿੰਡ 'ਚ ਆਪਾਂ ਰਹਿਣੇ ਨੇ ਹੁਣ ਯਾਰ, ਪਿੰਡ ਹੀ ਛੱਡੋ ਪਰਾਂ, ਇੰਨਾ ਮਨ ਖਰਾਬ ਹੋਇਆ ਮੇਰਾ। ਬਾਕੀ ਬਾਈ ਵੋਟਾਂ ਦੀ ਰਾਜਨੀਤੀ ਹੈ ਪਿੰਡਾਂ 'ਚ, ਮੈਂ ਤਾਂ ਆਉਂਦਾ ਸਰਪੰਚ ਨੂੰ ਵੀ ਕਹਿ ਆ ਵੀ ਮੈਂ ਕਿਹਾ ਸਰਪੰਚ ਆ ਦੇਖ ਲੈ ਸਾਡੀਆਂ ਤਾਂ 2 ਵੋਟਾਂ ਸੀਗੀਆਂ, ਹੈਂ ਉਹ ਤਾਂ ਕੋਈ ਗੱਲ ਨਹੀਂ ਤੇਰੇ ਵਾਸਤੇ ਵਾਲੀਆਂ ਨਹੀਂ, ਉਹਨਾਂ ਦੀਆਂ 6 ਵੋਟਾਂ ਤੀ, ਮੈਂ ਕਿਹਾ ਉਹ ਬਚ ਗਈਆਂ ਤੇਰੀਆਂ, ਹੈਂ ਆਹ ਗੱਲ ਹੋਈ ਹੈ ਮੈਂ ਕਿਹਾ ਸਾਰੀ। ਆਹੋ ਫਿਰ ਬੰਦਾ ਹੋਰ ਕੀ ਕਰੇ ਬਾਈ, ਹੈਂ ਸਿੱਧੀ ਕਹੂਆ ਬੰਦਾ, ਜਦੋਂ ਪਿੱਛੇ ਸਟੈਂਡ ਹੀ ਨਹੀਂ ਲਿਆ ਸਰਪੰਚ ਨੇ ਤੇਰੇ ਨਾਲ। 11 ਤਾਂ ਉਹਨੇ ਸੱਚੀ ਗੱਲ ਜੀ ਕਹੀ ਤੀ,
ਵੀ ਅੱਧਾ ਕਿੱਲਾ ਇਹਨਾਂ ਦਾ ਤੁਸੀਂ ਦੱਬਿਆ, ਮਾੜੀ ਗੱਲ ਹੈ। ਉਹਨਾਂ ਨੇ ਸਾਹਮਣੇ ਹੀ ਕਹਿਤਾ ਸਾਡੇ ਬਈ, ਕਹਿੰਦਾ ਇਹਨਾਂ ਤੋਂ ਹੀ ਪਵਾ ਲਈ ਵੋਟਾਂ, ਉਹਨਾਂ ਨੇ ਐਂ ਕਹਿਤਾ। ਅੱਛਾ, ਫਿਰ ਸਰਪੰਚ ਤਿਲਕ ਗਿਆ, ਫਿਰ ਤਿਲਕ ਗਿਆ, ਫਿਰ ਮੇਰੇ ਨਾਲ ਥਾਣੇ ਤੁਰੇ ਹੀ ਨਹੀਂ, ਫਿਰ ਨਹੀਂ ਤੁਰਿਆ, ਤੁਰਿਆ ਨਹੀਂ ਹੈਗਾ। ਫਿਰ ਮੈਂ ਸਮਝ ਗਿਆ ਮੈਂ ਵੀ ਗੱਲ ਨੂੰ, ਮੈਂ ਚੱਲ ਛੱਡ ਯਾਰ ਸਰਪੰਚ, ਬਸ ਜਿਹੜੀ ਹੋ ਗਈ ਹੋ ਗਈ, ਕੋਈ ਨਾ, ਸਾਨੂੰ ਕਿਹੜਾ ਕਦੇ ਪਤਾ, ਕੋਈ ਨਾ, ਮੈਂ ਸਮਝਦੇ ਹਾਂ ਸਾਰੀ ਗੱਲ ਨੂੰ, ਕੋਈ ਗੱਲ ਨਹੀਂ। ਫਿਰ ਮਨ ਝੱਕ ਗਿਆ ਯਾਰ, ਫਿਰ ਮੈਂ ਸੁਖਪਾਲ ਨੂੰ ਕਿਹਾ, ਮੈਂ ਆਪਾਂ ਤਾਂ ਹੁਣ ਇਹ ਪਿੰਡ 'ਚ ਰਹਿਣੇ ਨਹੀਂ ਯਾਰ, ਬਥੇਰੇ ਘਾਟੇ ਝੱਲੇ ਯਾਰ, ਅੱਧਾ ਕਿੱਲਾ ਹੋਰ ਸਹੀ ਚੱਲ ਗਿਆ। ਹਾਂ ਫਿਰ ਹੋਰ ਕੀ ਹੈ, ਹਾਂ ਕੋਈ ਨਾ, ਮੈਂ ਪਹਿਲਾਂ ਤਾਂ ਇਸ ਸਲਾਹ ਸੀ, ਮੈਂ ਫਾਫੜੇ ਲੈ ਲੈਂਦੇ ਜ਼ਮੀਨ। ਅੱਛਾ, ਫਿਰ ਮੈਂ ਯਾਰ ਇੱਥੋਂ ਵੀ ਨਾ ਯਾਰ, ਤੂੰ ਵਾਹ ਵਾਸਤੇ ਹੀ ਨਾ ਰੱਖੋ, ਦੂਰ ਹੀ ਚੱਲ, ਆਪਾਂ ਤਾਂ ਦੂਰ ਹੀ ਚੱਲ, ਮੈਂ ਲੋੜ ਹੀ ਨਹੀਂ ਆਪਾਂ ਨੂੰ ਤਾਂ, ਫਿਰ ਇੱਥੇ ਆ ਗਏ ਭਰਾਵਾ। ਨਾ ਨਾ ਵਧੀਆ ਕੀਤਾ, ਬਹੁਤ ਵਧੀਆ ਕੀਤਾ, ਜਿਹੜੀ ਸਾਨੂੰ ਉਰੇ ਜ਼ਮੀਨ ਮਿਲ ਗਈ, ਦੇਖ ਵਧੀਆ ਮਿਲ ਗਈ, ਨਾਲੇ ਮੇਰੇ ਨੇੜੇ ਮਿਲ ਗਈ, ਨਾਲੇ ਘਰ ਨੇੜੇ ਮਿਲ ਗਿਆ ਹੈ, ਚਿੱਤਰ ਮਾਸਟਰ ਦਾ, ਹਾਂ ਬਾਹਲਾ ਵਧੀਆ ਹੋ ਗਿਆ ਤਾਂ, ਹੋਰ ਵਧੀਆ ਹੋ ਗਿਆ ਸਮਾਂ, ਵਧੀਆ ਹਾਂ, ਇਕੱਠੇ ਹੋ ਗਏ, ਹੋਰ ਹੋਰ, ਬਸ ਐਂ ਹੁੰਦਾ ਜਿਹੜਾ ਕਰਮਾਂ 'ਚ ਲਿਖਿਆ ਹੁੰਦਾ ਉਹੀ ਮਿਲਣਾ ਕਿ ਨਹੀਂ, ਉਹੀ ਬਣਦਾ, ਅਸੀਂ ਉਰੇ ਆਉਣਾ ਤੇ ਤੁਹਾਡੇ ਪਿੰਡ, ਫਿਰ ਤੇਰਾ ਵਿਆਹ ਵੀ ਦੇਖਣਾ ਤੇ। ਚੱਲ ਵਧੀਆ ਹੋ ਗਿਆ ਬਾਈ, ਜੇ ਤੂੰ ਉਰੇ ਤੇ ਤਾਂ ਹੀ ਮੇਰੇ ਵਿਆਹ ਦਾ ਸਾਰਾ ਕੰਮ ਸਾਂਭ ਲਿਆ, ਸਾਰੀ ਜ਼ਿੰਮੇਵਾਰੀ ਨਿਭਾਈ, ਭੱਜਿਆ ਫਿਰਦਾ ਰਿਹਾ, ਨਹੀਂ ਤੂੰ ਉੱਥੋਂ ਪਹਿਲਾਂ 4 ਦਿਨ ਆਉਂਦਾ ਫਿਰ ਤੈਨੂੰ ਉੱਥੇ ਸੋਚ ਰਹਿੰਦੀ, ਹੁਣ ਸਮਾਂ ਮੈਨੂੰ ਤਾਂ ਕੋਈ ਸੋਚ ਨਹੀਂ ਸੀਗੀ, ਬਹੁਤ ਵਧੀਆ ਡਿਊਟੀ ਨਿਭਾਈ ਤੈਂ। ਹਾਂ ਫਿਰ ਨਿਭਾਉਣੀ ਤੀ, ਉਹ ਤਾਂ ਹੱਕ ਬਣਦਾ ਤੀ, ਹੋਰ ਹੋਰ ਠੀਕ ਹੈ ਫਿਰ ਘਰੇ ਸਾਰੇ, ਹੈ ਸੁਭਾਅ ਸੁਭੂ ਠੀਕ ਹੈ ਗੁਰਪ੍ਰੀਤ ਦਾ, ਵਧੀਆ ਚੱਲੀ ਜਾਂਦਾ? ਨਾ ਉਹ ਸੁਭਾਅ ਤਾਂ ਥੋੜਾ ਜਿਹਾ ਗਰਮੀ ਲੱਗਦਾ। ਅੱਛਾ, ਹਾਂ ਚਲੋ ਆਪਾਂ ਉਹਦਾ ਸੁਭਾਅ ਹੁੰਦਾ ਹੈ ਨਾ, ਊਂ ਹੈਗਾ ਥੋੜਾ ਤੇਜ਼ ਜਿਹਾ, ਦੇਖੋ ਊਂ ਐ ਵੀ ਚੱਲ ਦਿਨੋ ਦਿਨ ਫਰਕ ਤਾਂ ਖਰ ਪਈ ਜਾਂਦਾ, ਪੈ ਜਾਂਦਾ, ਐਂ ਹੁੰਦਾ, ਸੁਭਾਅ ਤਾਂ ਅੱਡੋ ਅੱਡੀ ਲਿਖਿਆ, ਪਰ ਬਦਲ ਨਹੀਂ ਆਪਾਂ ਸਕਦੇ, ਜੇ ਆਪਾਂ ਕਹਿ ਦਈਏ ਬਦਲ ਦਾਂਗੇ ਬਦਲ ਲੈਣੀ, ਨਾ 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 ਨਾ, ਜਿਵੇਂ ਸੁਭਾਅ ਬੰਦਾ ਉਵੇਂ, ਬਾਕੀ ਹੋ ਜਾਂਦੀ ਐਡਜਸਟਮੈਂਟ, ਫਿਰ ਤਾਂ ਹੌਲੀ ਹੌਲੀ ਹੋ ਜਾਂਦੀ ਹੈ, ਕਿਹੜਾ ਫਿਰ ਨਵੇਂ ਨਵੇਂ ਬੰਦੇ ਦਾ ਸੁਭਾਅ ਆਪਾਂ ਨੂੰ ਪਤਾ ਨਹੀਂ ਨਾ ਹੁੰਦਾ, ਹੌਲੀ ਹੌਲੀ ਪਤਾ ਲੱਗ ਜਾਂਦਾ, ਫਿਰ ਉਵੇਂ ਐਡਜਸਟ ਹੋ ਜਾਂਦਾ ਅਗਲਾ, ਹੈਂ ਟਲ ਜਾਂਦਾ ਉਵੇਂ ਜਿਵੇਂ। ਹਾਂ ਇਹ ਤਾਂ ਹੈ, ਇਹ ਤਾਂ ਘੱਟੋ ਘੱਟ ਸਾਲ ਲੱਗ ਜਾਂਦਾ ਇੱਕ ਦੂਜੇ ਨੂੰ ਸਮਝਣ ਨੂੰ। ਹਾਂ ਇਹ ਤਾਂ ਤੇਰੀ ਗੱਲ ਸਹੀ ਹੈ, ਹਾਂ ਫਿਰ ਐਂ ਤਾਂ ਹੈ ਨਹੀਂ ਵੀ ਇਹ 5-4 ਦਿਨਾਂ 'ਚ ਸਮਝਾ ਦਾਂਗੇ ਆਪਾਂ, ਇਹ ਸਮਝ ਦਾਂਗੇ, ਹਾਂ ਫਿਰ ਹੀ ਇੱਕ ਦੂਜੇ ਨੂੰ ਜਾਣਦਾ ਅਗਲਾ ਚੰਗੀ ਤਰ੍ਹਾਂ, ਫਿਰ ਹੌਲੀ ਹੌਲੀ ਪਤਾ ਲੱਗਦਾ ਨਾ, ਹੋਰ ਆਪਾਂ ਨੂੰ ਉਹ ਬੰਦੇ ਬਾਰੇ, ਉਹਨੂੰ ਆਪਣੇ ਬਾਰੇ, ਵੀ ਇਹ ਕਹੇ ਜਾ ਮੈਂ ਕਹੇ ਜਾ, ਚੱਲੀਏ ਫਿਰ ਆਪਾਂ ਘਰ। ਹਾਂ ਚੱਲ, ਹੈਂ ਚੱਲ, ਤੇ ਬਾਲਾ ਕਵੇਲਾ ਕਰਕੇ ਕੀ ਹੈ, ਚੱਲ ਬੇ ਬੱਬੂ ਆਪਾਂ ਇੱਕ ਦਿਨ ਮਾਨਸਾ ਚੱਲ ਕੇ ਆਈਏ, ਗੁਰੂ ਘਰ ਸੁੱਖ ਦੇਣੀ ਦੀ। ਕੋਈ ਨਾ ਬੇਬੇ ਬਗ ਚੱਲਾਂਗੇ 2-3 ਦਿਨਾਂ ਤੱਕ, ਮੈਂ ਤਾਂ ਤੈਨੂੰ ਦੇਖਿਆ ਗੁਰਪ੍ਰੀਤ ਹੈ ਨਾ, ਮਾਨਸਾ ਵਾਲਾ ਗੁਰਦੁਆਰਾ ਜਿਹੜਾ ਵੱਡਾ। ਨਾ ਮੈਂ ਤਾਂ ਨਹੀਂ ਦੇਖਿਆ। ਹਾਂ ਚੱਲ ਕੇ ਆਵਾਂਗੇ ਆਪਾਂ, ਹੁਣ ਤਾਂ ਜਾਇਆ ਨਹੀਂ ਜਾਣਾ ਬੇਬੇ, ਕੋਈ ਨਾ ਫਿਰ ਚੱਲਾਂਗੇ ਆਪਾਂ ਕਿਸੇ ਦਿਨ, ਬਹੁਤ ਸਕੂਨ ਮਿਲਦਾ ਗੁਰਪ੍ਰੀਤ ਉੱਥੇ ਜਾ ਕੇ, ਚੱਲਾਂਗੇ ਆਪਾਂ ਜ਼ਰੂਰ। ਅੱਛਾ ਕੋਈ ਗੱਲ ਨਹੀਂ, ਵਗ ਜਾਂਗੇ ਆਪਾਂ। ਹਾਂ ਪਹਿਲਾਂ ਮੈਂ ਸੁੱਖ ਲਾ ਜਾਂਦੀ ਹਾਂ, ਮੇਰਾ ਜਾਣਾ ਜ਼ਰੂਰੀ ਹੈ, ਤੁਸੀਂ ਫਿਰ ਦੇਖ ਲਿਓ ਕਦੇ। ਮੈਂ ਤੈਨੂੰ ਐਂ ਕਹਿੰਦੀ ਤੀ ਬੱਬੂ, ਗੱਡੀ ਤਾਂ ਤੂੰ ਲਈ ਲੈ, ਔਖਾ ਸੌਖਾ, ਗੱਡੀ ਬਿਨਾਂ ਆਪਾਂ ਨੂੰ ਸਰਦਾ ਨਹੀਂ ਹੈਗਾ, ਗੱਡੀ ਤਾਂ ਲੈਣੀ ਹੀ ਪਊਗੀ, 100 ਥਾਂ ਆਉਣਾ ਜਾਣਾ ਪੈਂਦਾ ਪੁੱਤ। ਜਿਹੜਾ ਮੋਟਰਸਾਈਕਲ ਜਾਂ ਦਿੱਤਾ ਗੁਰਪ੍ਰੀਤ ਦੇ ਘਰਦਿਆਂ ਨੇ, ਇਹ 'ਤੇ ਤਾਂ 2 ਜਣੀ ਬੈਠ ਸਕਦੇ ਹਾਂ, ਜੇ ਹੁਣ ਕੋਈ ਪ੍ਰੋਗਰਾਮ 'ਤੇ ਜਾਣਾ ਜਾਂ ਕੋਈ ਗੁਰੂ ਘਰ ਜਾਣਾ, ਫਿਰ ਇਹ 'ਤੇ ਤਾਂ ਬੈਠਿਆ ਨਹੀਂ ਜਾਂਦਾ, ਹੁਣ ਉਹ 'ਤੇ ਵਗ ਤਾਂ ਜਾਇਆ ਕਰਾਂਗੇ ਸਾਰੇ ਇਕੱਠੇ ਗੱਡੀ 'ਤੇ। ਕੋਈ ਨਾ ਬੇਬੇ ਲੈ ਲਾਂਗੇ, ਪਰਮਾਤਮਾ ਸੁੱਖ ਰੱਖੇ, ਗੱਡੀ ਵੀ ਲੈ ਲਾਂਗੇ, ਕੋਈ ਨਾ ਮਾੜੀ ਜੀ ਸੈਟਿੰਗ ਜੀ ਆ ਜਾਣ ਦੇ ਮੇਰੀ ਜੀ, ਲੈ ਲਾਂਗੇ ਕੋਈ ਨਾ। ਆਹੋ ਗੱਡੀ ਤਾਂ ਲੈਣੀ ਹੀ ਪਊਗੀ, ਮੋਟਰਸਾਈਕਲ ਤੇ ਕਿੰਨਾ ਕੁ ਚਿਰ ਧੱਕੇ ਖਾਂਦਾ ਫਿਰੇਗਾ। ਉਹ ਤਾਂ ਪਤਾ ਹੀ ਹੈ ਵੀ ਮੋਟਰਸਾਈਕਲ ਤੇ ਹੁਣ 2 ਜਣੇ ਬੈਠਣਗੇ। ਹੋਰ ਉਹੀ ਤਾਂ ਗੱਲ ਹੈ, ਚੱਲ ਕੋਈ ਨਾ, ਮੈਂ ਸਾਨੂੰ ਪਾਣੀ ਪਿਆ, ਮੈਂ ਟਾਈਮ ਹੀ ਖਾਸ ਹੋ ਗਿਆ, ਦੇਖੀ ਨਹੀਂ ਮੈਂ ਤਾਂ ਪਿਆ ਆਓ। ਮੈਨੂੰ ਤਾਂ ਬੁੜੀ ਦੀ ਸਮਝ ਨਹੀਂ ਆਉਂਦੀ, ਹੋਰ ਹੀ ਗੱਲ ਕਰ ਗਈ ਲੈ। ਆ ਜਾ ਬੇਬੇ। ਆ ਗਈ ਪੁੱਤ, ਆ ਗਈ।
ਹੋਰ ਠੀਕ ਹੈ? ਹਾਂ ਠੀਕ ਹਾਂ ਪੁੱਤ। ਹੋਰ ਸੁਖਪਾਲ ਕਿੱਥੇ ਜਾ ਰਹੀ ਹੈ ਪੁੱਤ? ਕਿਤੇ ਨਹੀਂ ਉਰੀ, ਅੰਦਰ ਹੀ ਹੈ। ਲੈ ਉਹ ਆ ਗਈ। ਚੱਲ ਉਹ ਆ ਗਈ। ਹੋਰ ਬੇਬੇ ਕਿਵੇਂ ਹੈ? ਠੀਕ ਹੈ ਪੁੱਤ, ਤੂੰ ਦੱਸ। ਵਧੀਆ ਵਧੀਆ, ਮੈਂ ਤਾਂ ਠੀਕ ਠਾਕ ਹਾਂ। ਤੂੰ ਜੀ ਜਾ ਉੱਠ ਰਿਹਾ ਸੀ ਮੇਰਾ, ਮੈਂ ਸੁਖਪਾਲ ਕੋਲੇ ਗੇੜਾ ਮਾਰ ਕੇ ਆਵਾਂ। ਚੱਲ ਵਧੀਆ ਕਰਿਆ, ਆ ਗਈ। ਹੋਰ ਹੋਰ ਫਿਰ ਮਾਨਸਾ ਕਰੋ ਜਾਣਾ ਗੁਰਦੁਆਰਾ ਸਾਹਿਬ ਸੁੱਖ ਦੇਣ? ਉਹ ਬੱਬੂ ਪੁੱਛਿਆ ਸੀ, ਕਹਿੰਦਾ 2-3 ਦਿਨਾਂ 'ਚ ਹੀ ਜਾਵਾਂਗੇ। ਅੱਛਾ, ਚੱਲ ਜਦੋਂ ਟਾਈਮ ਹੋਇਆ ਮਿਲਿਆ ਟਾਈਮ ਖੇਤੋਂ ਵਗ ਜੂਗਾ ਕੋਈ ਨਾ। ਹਾਂ ਕਹਿੰਦਾ ਹੁਣ ਮੈਨੂੰ ਟਾਈਮ ਜਾ ਕੰਮ ਹੋਊਗਾ ਜੀ। ਜੇ ਉਹਨੂੰ ਨਾ ਟਾਈਮ ਲੱਗਿਆ ਫਿਰ ਮੈਂ ਜੱਸੇ ਨੂੰ ਕਹਿ ਦੂੰਗੀ, ਜੱਸਾ ਲੈ ਜੂਗਾ ਮੈਨੂੰ। ਹਾਂ ਬਾਅਦ ਚੱਲਾਂਗੇ ਬੇਬੇ, ਜਿੱਦੇ ਕਹੇਗੀ, ਕੋਈ ਨਾ ਮੈਨੂੰ ਦੱਸਦੀ। ਹਾਂ ਠੀਕ ਹੈ ਪੁੱਤ। ਸੱਚ ਮੇਰੀ ਗੱਲ ਸੁਣ ਸੁਖਪਾਲ, ਬੱਬੂ ਗੁਰਪ੍ਰੀਤ ਨੂੰ ਕਹਿੰਦਾ ਤੂੰ ਵੱਡੇ ਗੁਰੂ ਘਰ ਗਈਆਂ ਕਦੇ ਮਾਨਸਾ? ਉਹ ਕਹਿੰਦੀ ਨਾ ਮੈਂ ਤਾਂ ਕਦੇ ਗਈ ਨਹੀਂ ਹੈਗੀ। ਕਹਿੰਦਾ ਫਿਰ ਆਪਾਂ ਚੱਲਾਂਗੇ, ਕਹਿੰਦਾ ਉੱਥੇ ਜਾ ਕੇ ਬਹੁਤ ਸਕੂਨ ਮਿਲਦਾ। ਹਾਂ ਬੇਬੇ ਇਹ ਕੀ ਝੂਠ ਹੈ, ਫਿਰ ਸਕੂਨ ਮਿਲਦਾ ਬਹੁਤ ਜ਼ਿਆਦਾ, ਹੁਣ ਆਪਾਂ ਜਾਂਦੇ ਰਹਿੰਦੇ ਹਾਂ। ਹਾਂ ਉਹ ਤਾਂ ਮਿਲਦਾ, ਮੈਂ ਤਾਂ ਫਿਰ ਸੁਣਾ ਤਾ, ਮੈਂ ਕਿਹਾ ਮੋਟਰਸਾਈਕਲ 'ਤੇ ਤਾਂ 2 ਜਣਿਆਂ ਤੂੰ ਬੈਠਿਆ ਜਾਊਗਾ ਭਾਈ, ਤੂੰ ਬੱਬੂ ਗੱਡੀ ਲੈ ਲੈ, ਗੱਡੀ ਬਿਨਾਂ ਨਹੀਂ ਆਪਾਂ ਨੂੰ ਸਰਦਾ ਹੈਗਾ। ਲਵੀ ਬੈਠੀ ਤੀ, ਮੈਂ ਤਾਂ ਜਾਣ ਕੇ ਗਏ ਤਾ ਫਿਰ। ਲੈ ਬੇਬੇ ਤੈਨੂੰ ਕੀ ਲੋੜ ਤੀ ਐਂ ਕਹਿਣ ਦੀ, ਐਂ ਕਿਉਂ ਕਰਦੀ ਹੁੰਦੀ ਹੈ ਤੂੰ? ਤੂੰ ਚੁੱਪ ਕਰਕੇ ਬਹਿ ਜਾ, ਤੈਨੂੰ ਨਹੀਂ ਪਤਾ ਇਹ ਗੱਲਾਂ ਦਾ। ਤੂੰ ਸੁਣ ਜੱਸੇ ਪੁੱਤ ਮੇਰੀ ਗੱਲ, ਸੁੱਖ ਨਾਲ ਆਪਣੇ ਬੱਬੂ ਨੂੰ 6 ਕਿੱਲੇ ਆਉਂਦੇ ਤੇ, ਕੁਛ ਖਾਂਦਾ ਨਹੀਂ ਪੀਂਦਾ ਨਹੀਂ, ਇੰਨਾ ਵਧੀਆ ਮੁੰਡਾ ਤੀ, ਉਹਨਾਂ ਦਾ ਹੱਕ ਨਹੀਂ ਬਣਦਾ ਤੀ ਇਹਨੂੰ ਗੱਡੀ ਦੇਣ ਦਾ, ਮੋਟਰਸਾਈਕਲ ਮੱਥੇ ਮਾਰਿਆ। ਵੀ ਜੇ ਮਹਿੰਗੀ ਨਹੀਂ ਸਸਤੀ ਦੇ ਦਿੰਦੇ, ਹੱਕ ਤਾਂ ਬਣਦਾ ਤੀ ਉਹਨਾਂ ਦਾ ਵੀ ਅਸੀਂ ਗੱਡੀ ਦੇ ਦਈਏ। ਬੇਬੇ ਚੱਲ ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ, ਗੱਡੀ ਆਪ ਲੈ ਲੂਗਾ, ਮਿਹਨਤ ਕਰਦਾ, ਮਿਹਨਤ ਨਾਲ ਸਭ ਕੁਛ ਬਣ ਜਾਂਦਾ ਹੌਲੀ ਹੌਲੀ। ਤਾਂ ਕੀ ਹੋ ਗਿਆ, ਜਿਵੇਂ ਅਗਲੇ ਨੂੰ ਲੋਟ ਲੱਗਿਆ ਦੇ ਤਾ ਆਪਦੀ ਧੀ ਨੂੰ ਮੋਟਰਸਾਈਕਲ ਦੇ ਤਾ, ਤਾਂ ਕੀ ਹੋ ਗਿਆ, ਗੱਡੀ ਦੀ ਕੀ ਗੱਲ ਹੈ, ਗੱਡੀ ਲੈ ਲੂਗਾ। ਮੇਰੀ ਗੱਲ ਦਾ ਗੁੱਸਾ ਨਾ ਮੰਨੀ ਜੱਸੇ ਪੁੱਤ, ਕਿਤੇ ਕਹੇ ਵੀ ਬੇਬੇ ਲਾਲਚ ਕਰਦੀ ਹੈ। ਮੈਨੂੰ ਵਿਚੋਲਣ ਨੇ ਕਿਹਾ ਸੀ ਵੀ ਸਰਦੇ ਵਰਦੇ ਵਾਲੇ ਨੇ ਦੇਸਾਂ ਦਾ ਕੁਛ ਦੇਣਗੇ, ਮੈਨੂੰ ਕੀ ਪਤਾ ਤੀ ਆ ਮੋਟਰਸਾਈਕਲ ਮੱਥੇ ਮਾਰਨਗੇ ਉਹ। ਮੈਂ ਤਾਂ ਐਂ ਸੋਚਿਆ ਸੀ ਵੀ ਮੇਰੇ ਮੁੰਡੇ ਨੂੰ ਕਾਰ ਤਾਂ ਦੇਣਗੇ, 6 ਕਿੱਲੇ ਨੇ, ਕੱਲਾ ਮੁੰਡਾ ਤੀ, ਉਹਨਾਂ ਦਾ ਹੱਕ ਨਹੀਂ ਬਣਦਾ ਤੀ। ਬੇਬੇ ਐਵੇਂ ਨਹੀਂ ਜੀ ਗੱਲਾਂ ਕਰਦੇ ਹੁੰਦੇ ਹੈਗੇ, ਕਾਰ ਕਾਰ ਪਕਾਰਦੀ ਰਹਿਣੀ ਹੈ ਸਾਰਾ ਦਿਨ, ਕੋਈ ਨਾ ਆਪਾਂ ਆਪ ਲੈ ਲਾਂਗੇ, ਪਰਮਾਤਮਾ ਦੇ ਤਾਂ ਆਪਣੇ ਘਰੇ ਸਭ ਕੁਛ ਹੈ, ਪਰਮਾਤਮਾ ਆਪੇ ਦੇਊਗਾ ਆਪਾਂ ਨੂੰ ਕਾਰਾਂ ਗੱਡੀਆਂ। ਚੱਲ ਠੀਕ ਹੈ, ਤੁਸੀਂ ਨਹੀਂ ਮੇਰੀ ਗੱਲ ਸਮਝਦੇ ਹੈਗੇ, ਮੈਂ ਨਹੀਂ ਹੁਣ ਕਰਦੀ ਇਹ ਗੱਲ, ਬਸ ਨਾ ਕਰੀ ਵੀ ਨਾ ਹੁਣ ਇਹ ਗੱਲ ਮੁੜ ਕੇ, ਐਵੇਂ ਘਰੇ ਤੂੰ ਤੂੰ ਮੈਂ ਹੋ ਜੂ ਕੋਈ। ਹੋਰ ਦੱਸ, ਚਾਹ ਬਣਾ ਕੇ ਲਿਆਵਾਂ ਮੈਂ? ਬਣਾ ਲਿਆ ਫਿਰ ਪੀ ਲਾਂਗੇ। ਮੈਨੂੰ ਤਾਂ ਤੁਹਾਡੇ ਤੋਂ ਸ਼ਰਮ ਆਈ ਜਾਵੇ ਬੇਬੇ, ਦੇਖ ਲੈ ਕਈਆਂ ਜਿਹੀਆਂ ਗੱਲਾਂ ਕਰਦੀ ਤੁਹਾਡੇ ਸਾਹਮਣੇ, ਕਾਰ ਕਾਰ ਲਾਈ ਰੱਖੀ ਲੈ ਵੀ ਇੰਨੀ ਸੋਹਣੀ ਤੈਨੂੰ ਨੂੰਹ ਮਿਲ ਗਈ, ਹੋਰ ਦੱਸ ਕੀ ਭਾਲਦੀ ਹੈ ਤੂੰ? ਹੈ ਜਿੰਨੇ ਜੋਗੇ ਹੈਗੇ ਤਿਆਰੇ ਰਾਜ ਦੇ ਹੈ ਦੇਤਾ, ਹੋਰ ਦੱਸ ਕੀ ਭਾਲਦੀ ਹੈ, ਕਾਰ ਦੇ ਪਿੱਛੇ ਪਈ ਹੈ। ਹੋਰ ਯਾਰ ਚੱਲ ਸ਼ਰਮ ਨੂੰ ਤਾਂ ਕੀ ਹੈਗੀ, ਊਂ ਬੇਬੇ ਦੀ ਮਾੜੀ ਗੱਲ ਹੀ ਹੈ ਵੈਸੇ, ਤੇ ਫਿਰ ਕੀ ਹੋ ਗਿਆ, ਕਾਰ ਨੂੰ ਦੱਸ ਕਿੱਡੀ ਕੀ ਗੱਲ ਹੈਗੀ, ਹੈਂ ਕਾਰ ਕਾਰ ਲਾਈ ਰੱਖਦੀ ਹੈ ਤੂੰ, ਕਾਰ ਆਪ ਲੈ ਲਾਂਗੇ। ਤਾਂ ਹੀ ਤਾਂ ਕਹਿੰਦੇ ਆ ਜਿਹਨੇ ਧੀ ਦੇਤੀ ਉਹਨੇ ਕੀ ਲੁਕੋ ਲਿਆ ਪਿੱਛੇ। ਮਾੜੀ ਗੱਲ ਹੀ ਹੈਗੀ ਤੇ ਬੇਬੇ ਦੀ। ਹੋਰ ਮੈਨੂੰ ਤਾਂ ਬੇਬੇ ਤੇ ਬਾਹਲਾ ਗੁੱਸਾ ਚੜਦਾ, ਜੇ ਕਿਸੇ ਨੂੰ ਪਤਾ ਲੱਗ ਗਿਆ ਅਗਲੇ ਕਹਿਣਗੇ ਦਾਜ ਮੰਗਦੇ ਨੇ ਇਹ। ਹੋਰ ਅਗਲੇ ਤਾਂ ਕਹਿਣਗੇ, ਬੇਇੱਜ਼ਤੀ ਵਾਲੀ ਗੱਲ ਹੀ ਹੈ, ਤੂੰ ਸਮਝਾਈ ਚੰਗਾ ਬੇਬੇ ਨੂੰ। ਮੈਂ ਤਾਂ ਬੇਬੇ ਨਾਲ ਬਥੇਰਾ ਮੱਥਾ ਮਾਰਿਆ ਵੀ ਬੇਬੇ ਤੂੰ ਇਹ ਗੱਲ ਨਾ ਕਰਿਆ ਕਰ, ਤੈਨੂੰ ਬਜੋਲਣ ਨੇ ਕੁਛ ਮਰਜ਼ੀ ਕਹਿਤਾ ਚਾਹੇ, ਤੂੰ ਛੱਡ ਦੇ ਇਹ ਗੱਲ। ਉਹੀ ਤਾਂ ਗੱਲ ਹੈ, ਛੱਡ ਪਰਾਂ ਵੀ ਤੂੰ। ਬੇਬੇ ਮੈਂ ਕਹਿੰਦਾ ਤੀ, ਮੈਂ ਕੱਲ ਨੂੰ ਮੈਨੂੰ ਕੰਮ ਹੈ ਨਹੀਂ ਗਾ ਇੰਨਾ ਕੋਈ ਖੇਤ, ਆਪਾਂ ਤੜਕੇ ਸੁੱਖ ਲਾਏ ਆਉਂਦੇ ਹਾਂ, ਸੁਖਪਾਲ ਭੈਣ ਨੂੰ ਕਹਿ ਦੂੰਗਾ ਉਹ ਆਜੂ ਗੁਰਪ੍ਰੀਤ ਕੋਲੇ, ਉਰੇ ਬਹਿ ਜੂਗੀ ਉਹ। ਚੱਲ ਭਾਗ ਚੱਲਾਂਗੇ ਫਿਰ, ਹੋਰ ਤੜਕੇ ਭਾਗ ਚੱਲਾਂਗੇ ਆਪਾਂ, ਐਂ ਕਰ ਲਾਂਗੇ। ਹਾਂ ਚੱਲ, ਮੈਂ ਤਾਂ ਸੁੱਖ ਦੇ ਹੀ ਆਊਂਗੀ ਕੱਲ ਨੂੰ, ਐਂ ਫਿਰ ਜੇ ਗੱਡੀ ਹੁੰਦੀ ਚੱਲ ਫਿਰ ਤਾਂ ਆਪਾਂ 3 ਵਗ ਜਾਂਦੇ, ਤੈਨੂੰ ਵੀ ਲੈ ਜਾਂਦੇ ਨਾਲ, ਮੋਟਰਸਾਈਕਲ ਤੇ ਫਿਰ ਚੜਿਆ ਨਹੀਂ ਜਾਂਦਾ 3 ਜਣਿਆਂ ਤੋਂ। ਕੋਈ ਗੱਲ ਨਹੀਂ ਬੇਬੇ, ਮੈਂ ਫਿਰ ਕਿਸੇ ਦਿਨ ਵਗ ਜੂੰਗੀ, ਤੇਰਾ ਜ਼ਰੂਰੀ ਹੈ ਤਾਂ ਸੁੱਖ ਦੇਣੀ ਹੈ, ਤੂੰ ਸੁੱਖ ਲਾਇਆ।
ਕੋਈ ਨਾ ਅਸੀਂ ਫੇਰ ਵਗ ਜਾਏ ਕਦੇ। ਮੈਂ ਤੈਨੂੰ ਇੱਕ ਗੱਲ ਕਹਿੰਦੀ ਸੀ ਗੁਰਪ੍ਰੀਤ, ਗੁੱਸਾ ਤਾਂ ਨਹੀਂ ਕਰਦੀ? ਹਾਂ ਬੇਬੇ ਦੱਸ। ਜੇ ਮੋਟਰਸਾਈਕਲ ਦੀ ਥਾਂ 'ਤੇ ਵੀ ਤੇਰੇ ਘਰ ਦੇ ਗੱਡੀ ਦੇ ਦਿੰਦੇ ਵੀ ਆਪਾਂ ਨੂੰ ਆਉਣਾ ਜਾਣਾ ਸੌਖਾ ਹੋ ਜਾਂਦਾ। ਸੌਖਾ ਤਾਂ ਹੋ ਜਾਂਦਾ ਬੇਬੇ, ਹੁਣ ਮੇਰੇ ਘਰਦਿਆਂ 'ਚ ਜਿੰਨੀ ਕੁ ਗੁੰਜਾਇਸ਼ ਹੈਗੀ ਤੀ, ਮੋਟਰਸਾਈਕਲ ਦੀ ਗੁੰਜਾਇਸ਼ ਹੈਗੀ ਤੀ, ਉਹ ਉਹਨਾਂ ਨੇ ਦੇਤਾ। ਹਾਂ ਫਿਰ ਜਿੰਨੀ ਕੁ ਪਹੁੰਚ ਹੈਗੀ ਤੀ ਕਰਤਾ ਉਹਨਾਂ ਨੇ। ਠੀਕ ਹੈ ਤੇਰੀ ਗੱਲ, ਮੈਂ ਤਾਂ ਐਂ ਕਹਿੰਦੀ ਹਾਂ ਫਿਰ ਪਚੋਲ ਨੂੰ ਹੀ ਮਾਰੀ ਜਾਂਦੀ ਤੀ ਡਿਫਰਾ। ਕਹਿੰਦੀ ਕੁੜੀ ਵਾਲੇ ਤਾਂ ਫੁੱਲ ਲੈਣ ਦੇਣ ਕਰਨਗੇ, ਮੈਂ ਤਾਂ ਐਂ ਕਹਿੰਦੀ ਹਾਂ ਵੀ ਉਹ ਹੀ ਸੁੱਕੀਆਂ ਵਡਿਆਈਆਂ ਜਾਂ ਨਹੀਂ ਮਾਰਨੀਆਂ ਚਾਹੀਦੀਆਂ ਵਿਚੋਲੇ ਨੂੰ। ਜਦੋਂ ਉਹਨੂੰ ਪਤਾ ਸੀ ਵੀ ਕੁੜੀ ਵਾਲੇ ਗਰੀਬ ਨੇ ਵਿਚਾਰੇ, ਇੰਨੇ ਜੋਗੇ ਹੈ ਨਹੀਂ, ਫਿਰ ਕਿਉਂ ਹੀ ਫੁਕਰੀਆਂ ਜੀਆਂ ਮਾਰੀਆਂ ਉਹਨੇ? ਮੇਰੀ ਗੱਲ ਸੁਣ ਬੇਬੇ, ਮੈਨੂੰ ਨਹੀਂ ਪਤਾ ਵਿਚੋਲਣ ਨੇ ਤੁਹਾਡੇ ਕੋਲ ਕਿਹੜੀ ਫੁਕਰੀ ਮਾਰੀ ਹੈ ਕਿਹੜੀ ਨਹੀਂ ਮਾਰੀ, ਠੀਕ ਹੈ ਨਾ? ਨਾਲੇ ਆ ਤੂੰ ਗਰੀਬ ਗੁਰੂ ਵਾਲੀ ਕਿਹੜੀ ਗੱਲ ਕਰੀ ਜਾਂਦੀ ਹੈ ਬੇਬੇ। ਮੇਰੀ ਗੱਲ ਸੁਣ, ਜੇ ਤੈਨੂੰ ਕਾਰ ਚਾਹੀਦੀ ਸੀ ਤੂੰ ਸਾਨੂੰ ਪਹਿਲਾਂ ਦੱਸਦੀ, ਮੈਂ ਸੋਚਦੀ ਮੇਰੇ ਘਰਦੇ ਸੋਚਦੇ ਵੀ ਇੱਥੇ ਕਰਨਾ ਕਿ ਨਹੀਂ ਕਰਨਾ। ਮੈਨੂੰ ਤਾਂ ਨਹੀਂ ਕਾਰ ਚਾਹੀਦੀ ਤੀ, ਮੈਂ ਆਪਦੀ ਗੱਲ ਨਹੀਂ ਕਰਦੀ, ਮੈਂ ਤਾਂ ਊ ਤੇਰੇ ਨਾਲ ਸਵੈਕੀ ਗੱਲ ਕਰਦੀ ਆ। ਆਹੋ ਮੈਨੂੰ ਦਿਸੀਏ ਜਾਂਦਾ ਵੀ ਤੂੰ ਕਿਹੜੀ ਸਵੈਕੀ ਗੱਲ ਕਰਦੀ ਐ। ਨਾ ਮੇਰੀ ਗੱਲ ਸੁਣ ਬੇਬੇ, ਤੈਨੂੰ ਵਿਚੋਲਣ ਨੇ ਕਿਹਾ ਸੀ ਪਹਿਲਾਂ ਵੀ ਉਹ ਕਾਰ ਦੇਣਗੇ? ਮੈਨੂੰ ਤਾਂ ਭਾਵੇਂ ਉਹਨੇ ਸਿੱਧਾ ਜਮਾ ਨਹੀਂ ਕਿਹਾ ਵੀ ਉਹ ਕਾਰ ਦੇਣਗੇ, ਪਰ ਉਹਦਾ ਕਹਿਣ ਦਾ ਮਤਲਬ ਤਾਂ ਇਹੀ ਬਣਦਾ ਸੀ ਨਾ ਵੀ ਫੁੱਲ ਲੈਣ ਦੇਣ ਦੇਣਗੇ ਉਹ। ਤੂੰ ਮੇਰੇ ਨਾਲ ਉਈ ਔਖੀ ਸੌਖੀ ਹੋਈ ਜਾਂਦੀ ਹੈ ਹੁਣ, ਮੈਨੂੰ ਕਹਿ ਦਿੰਦੀ ਉਦੋਂ ਉਹ ਵੀ ਭਾਈ ਕੁੜੀ ਵਾਲੇ ਤਾਂ ਗਰੀਬ ਨੇ, ਫਿਰ ਫੁਕਰੀਆਂ ਮਾਰਨ ਦਾ ਕੀ ਕੰਮ ਸੀ? ਚੱਲ ਕੋਈ ਗੱਲ ਨਹੀਂ ਬੇਬੇ, ਹੁਣ ਮੈਂ ਵਿਚੋਲਣ ਨੂੰ ਸੱਦ ਕੇ ਗੱਲ ਕਰੂੰਗੀ ਵੀ ਤੂੰ ਇਹਨਾਂ ਨੂੰ ਕੀ ਕਿਹਾ ਸੀ। ਕੋਈ ਗੱਲ ਨਹੀਂ, ਜੇ ਤੁਹਾਨੂੰ ਦਾਜ ਦੀ ਲੋੜ ਸੀ ਤੁਸੀਂ ਸਾਨੂੰ ਪਹਿਲਾਂ ਦੱਸ ਦਿੰਦੇ, ਮੈਂ ਸੱਦ ਲਾਂ ਵਿਚੋਲਣ ਨੂੰ, ਫੇਰ ਹੀ ਕਰੂੰਗੀ ਗੱਲ। ਕੋਈ ਗੱਲ ਨਹੀਂ, ਸੱਦ ਨਹੀਂ ਫਿਰ, ਮੈਨੂੰ ਕਾਹਦਾ ਡਰਾਬਾ ਜਾ ਦਿੰਦੀ ਹੈ ਤੂੰ, ਮੈਂ ਨਹੀਂ ਡਰਦੀ ਡੁਰਦੀ। ਲੈ ਕੱਲ ਆ ਕੇ ਮੇਰੇ 'ਤੇ ਰੋਹਬ ਜਮਾਉਂਦੀ ਹੈ, ਮੈਂ ਤਾਂ ਹੈਰਾਨ ਹਾਂ ਤੇਰੇ 'ਤੇ। ਰੋਹਬ ਨਹੀਂ ਜਮਾਉਂਦੀ, ਮੈਨੂੰ ਤਾਂ ਤੁਹਾਡੇ ਹਿਸਾਬ ਕਿਤਾਬ ਦਾ ਪਤਾ ਹੀ ਨਹੀਂ ਸੀ, ਨਹੀਂ ਮੈਂ ਘਰ 'ਚ ਵਿਆਹ ਹੀ ਨਾ ਕਰਾਉਂਦੀ, ਹੁਣ ਤਾਂ ਵਿਚੋਲਣ ਹੀ ਆ ਕੇ ਕਰੂੰ ਮੂੰਹ 'ਤੇ ਗੱਲ। ਕੋਈ ਗੱਲ ਨਹੀਂ, ਆ ਜੂਗੀ ਜੇ ਫਿਰ, ਸੱਦ ਲੈ ਤੂੰ ਜਿਹਨੂੰ ਮਰਜ਼ੀ ਸੱਦ ਲਈ, ਮੈਂ ਕੀ ਡਰਦੀ ਹਾਂ। ਆ ਗਈ ਇਹ ਮੇਰੇ 'ਤੇ ਰੋਹਬ ਜਮਾਉਣ ਵਾਲੀ, ਸੱਦੂਗੀ ਮੈਂ ਜਿਹਨੂੰ ਮਰਜ਼ੀ ਸੱਦ ਲਈ, ਜਿਹਨੂੰ ਤੇਰਾ ਜੀ ਕਰਦਾ, ਮੈਂ ਨਹੀਂ ਡਰਦੀ ਡੁਰਦੀ ਕਿਸੇ ਤੋਂ। ਮੈਨੂੰ ਡਰਾਉਂਦੀ ਹੈ, ਲੈ ਰੋਹਬ ਮਾਰਦੀ ਹੈ ਮੇਰੇ 'ਤੇ ਹਜੇ। ਆ ਦੇ ਦਿੰਦੇ ਇਹਨੂੰ ਕਾਰ, ਦਿੰਨੀ ਆ ਮੈਂ ਤੈਨੂੰ ਬਰੀਜਾ, ਠਹਿਰ ਜਾਓ ਤੁਸੀਂ ਕੋਈ ਨਾ। ਆ ਦੇਖ ਲਓ ਬੇਬੇ ਕੀ ਕਹਿੰਦੀ ਹੈ। ਕੀ ਹੋ ਗਿਆ? ਕੀ ਹੋਣਾ ਸੀ? ਕਹਿੰਦੀ ਤੇਰੇ ਘਰਦਿਆਂ ਨੇ ਮੋਟਰਸਾਈਕਲ ਦੀ ਥਾਂ ਤੇ ਕਾਰ ਦੇਣੀ ਸੀ। ਨਾ ਮੇਰੀ ਗੱਲ ਸੁਣੋ, ਜੇ ਤੁਹਾਨੂੰ ਕਾਰ ਚਾਹੀਦੀ ਸੀ ਤੁਸੀਂ ਪਹਿਲਾਂ ਦੱਸ ਦਿੰਦੇ, ਸਾਡੇ ਘਰ ਦੇ ਸੋਚਦੇ ਵੀ ਮੇਰਾ ਵਿਆਹ ਉਰੇ ਕਰਨਾ ਕਿ ਨਹੀਂ ਕਰਨਾ। ਕਿਹਨੂੰ ਚਾਹੀਦੀ ਹੈ ਕਾਰ? ਮੈਂ ਤਾਂ ਤੈਨੂੰ ਕਦੇ ਨਹੀਂ ਕਿਹਾ ਵੀ ਮੈਨੂੰ ਕਾਰ ਚਾਹੀਦੀ ਸੀ ਯਾਰ। ਨਾ ਜੇ ਸੋਨੂੰ ਨਹੀਂ ਕਾਰ ਚਾਹੀਦੀ ਸੀ, ਬੇਬੇ ਨੂੰ ਚਾਹੀਦੀ ਸੀ, ਉਹ ਤਾਂ ਮੈਨੂੰ ਕਹੀ ਜਾਂਦੇ ਕਿ ਤੇਰੇ ਘਰ ਦੇ ਕਾਰ ਦੇ ਦਿੰਦੇ ਸਾਨੂੰ। ਨਾ ਫਿਰ ਤੁਸੀਂ ਦਾਜ ਦੀ ਮੰਗ ਕਰਦੇ ਹੋ ਮੈਥੋਂ। ਮੇਰੀ ਗੱਲ ਸੁਣ ਗੁਰਪ੍ਰੀਤਾ, ਤੂੰ ਮੇਰੇ ਤੇ ਰੋਹਬ ਕਿਉਂ ਮਾਰਦੀ ਹੈ? ਮੈਨੂੰ ਕੀ ਪਤਾ ਬੇਬੇ ਨੇ ਤੈਨੂੰ ਕੀ ਕਿਹਾ ਕੀ ਨਾ ਕਿਹਾ, ਮੈਂ ਤਾਂ ਕੁਛ ਕਹੀ ਨਹੀਂ ਤੈਨੂੰ। ਮੇਰੇ ਨਾਲ ਜਵਾਨ ਲੜਾਉਣ ਜੀ ਦੀ ਕੋਸ਼ਿਸ਼ ਨਾ ਕਰ, ਮੈਥੋਂ ਬੁਰਾ ਕੋਈ ਨਹੀਂ, ਮੈਂ ਤੈਨੂੰ ਦੱਸਤਾ। ਨਾ ਬੁਰਾ ਕੀ ਹੋਜੂ ਉੱਥੋਂ, ਇੱਕ ਤਾਂ ਮੈਥੋਂ ਦਾਜ ਮੰਗਦੇ ਹੋ, ਉੱਤੋਂ ਅੱਗੇ ਬੋਲਣਾ ਕੋਈ ਨਾ ਆਉਂਦੀ ਆ, ਵਿਚੋਲਣ ਕਰਦੀ ਆ ਮੈਂ ਗੱਲ, ਦਿੰਨੀ ਆ ਸੋਨੂੰ ਕਾਰ, ਕੋਈ ਨਾ ਠਹਿਰ ਜਾਓ। ਲੈ ਬੋਲਦੀ ਦੇਖ ਕੇ ਮੈਂ ਕੰਜਰ ਦੇ ਦੀ, ਮੈਨੂੰ ਲੱਗਦਾ ਮੈਥੋਂ ਥਾਪੜੇ ਖਾਊਗੀ ਇਹ। ਇੱਕ ਤਾਂ ਯਾਰ ਮੈਨੂੰ ਇਹ ਬੇਬੇ ਦੀ ਨਹੀਂ ਸਮਝ ਆਉਂਦੀ, ਗੱਲਾਂ ਕਿਹੋ ਜਿਹੇ ਕਰਦੀ ਫਿਰਦੀ ਆ, ਪਹਿਲਾਂ ਇਸੇ ਨਾਲ ਹੀ ਕਰਨ ਦੇ ਗੱਲ। ਬੇਬੇ ਕੀ ਹੋ ਗਿਆ ਹੁਣ? ਹੋਣਾ ਕੀ ਹੈ, ਐਵੇਂ ਮੱਛਰ ਦੀ ਹੈ, ਮੈਂ ਮਾੜਾ ਜਿਹਾ ਕਹਿਤਾ ਵੀ ਮੋਟਰਸਾਈਕਲ 'ਤੇ ਤਿੰਨ ਜਣਿਆਂ ਨੂੰ ਜਾਣਾ ਔਖਾ ਹੈ, ਗੁਰੂ ਘਰ ਮਖਾ ਜੇ ਗੱਡੀ ਹੁੰਦੀ ਵੀ ਆਪਾਂ ਤਿੰਨੇ ਇਕੱਠੇ ਵਗ ਜਾਂਦੇ, ਵੀ ਜੇ ਤੇਰੇ ਘਰ ਦੇ ਮੋਟਰਸਾਈਕਲ ਦੀ ਥਾਂ ਆਪਾਂ ਨੂੰ ਕਾਰ ਦੇ ਦਿੰਦੇ ਸਸਤੀ ਜੀ, ਆਪਾਂ ਨੂੰ ਸੌਖਾ ਹੋ ਜਾਂਦਾ। ਉਹ ਕਿਉਂ ਬੇਬੇ, ਕਿਉਂ ਇਹੋ ਜਿਹੀਆਂ ਗੱਲਾਂ ਕਰਦੀ ਹੁੰਦੀ ਹੈ? ਆਪਾਂ ਨੇ ਕੀ ਲੈਣਾ ਕਾਰ ਤੋਂ? ਮੈਂ ਤੈਨੂੰ ਚੰਗਾ ਭਲਾ ਆਖਿਆ ਦੀ ਵੀ ਆਪਾਂ ਆਪ ਲੈ ਲਾਂਗੇ, ਫਿਰ ਤੂੰ ਕਿਉਂ ਛੇੜਿਆ ਛੇੜਿਆ, ਕਿਉਂ ਕਿਹਾ ਉਹਨੂੰ? ਇੱਕ ਉਹਦਾ ਸੁਭਾਅ ਉੱਤੋਂ ਇਹੋ ਜਿਹਾ, ਹੁਣ ਉਹ ਰੌਲਾ ਪਾਈ ਬੈਠੀ ਹੈ ਕਿ ਨਹੀਂ, ਮੈਂ ਤਾਂ ਵਿਚੋਲਣ ਨੂੰ ਸਾਦ ਦੀ ਆ, ਹੁਣ ਬੇਇੱਜ਼ਤੀ ਹੋ ਜੂ ਬੇਬੇ ਆਪਣੀ। ਤੂੰ ਕਿਉਂ ਕਿਹਾ ਉਹਨੂੰ? ਮੈਂ ਤੈਨੂੰ ਕਿੰਨੇ ਵਾਰੀ ਕਿਹਾ ਤੂੰ ਵੀ ਕਹੀ ਨਾ। ਕੋਈ ਗੱਲ ਨਹੀਂ, ਸੱਦ ਲੈਣਗੇ ਜਿਹਨੂੰ ਸਾਦ ਦੀ ਹੈ, ਆਪਾਂ ਦੇਣਾ ਕਿਸੇ ਦਾ ਕੁਛ? ਇਹ ਤਾਂ ਆਰੋਮ ਚਲਾਉਂਦੀ ਆ ਜਿਵੇਂ ਇਹਦਾ ਕੁਛ ਦੇਣਾ ਹੁੰਦਾ ਆਪਾਂ ਨੇ।
ਡਰਾਬੇ ਦਿਖ ਦਿੰਦੀ, ਕਹਿੰਦੀ ਮੈਂ ਵਿਚੋਲਣ ਨੂੰ ਸੱਦੂਗੀ। ਮੈਂ ਨੀ ਡਰਦੀ ਡੁਰਦੀ, ਜਿਹਨੂੰ ਮਰਜ਼ੀ ਸੱਦ ਲੈ। ਸੱਦ ਲੈਣ ਦੇ ਨਾਲੇ ਹੋਰ, ਤੂੰ ਇਹੋ ਜਿਹੀ ਗੱਲ ਕਰਨ ਤੋਂ ਪਹਿਲਾਂ ਸੋਚ ਤਾਂ ਲੈਂਦੀ ਮਾੜਾ ਮੋਟਾ, ਬੇਇੱਜ਼ਤੀ ਵਾਲੀ ਹੋ ਜੂਗੀ। ਜਾ ਯਾਰ ਬੇਬੇ, ਤੇਰਾ ਵੀ ਸਰੀਰ ਪੈ ਜਮੀ। ਲੈ ਐਵੇਂ ਮਾਰੀ ਜਾਂਦਾ ਕੀ ਉਹ ਬੰਬ ਡੇਗ ਦੇਣਗੇ, ਕੀ ਕਰ ਦੇਣਗੇ ਫਿਰ ਉਹ ਆਪਣਾ, ਊਈ ਡਰੀ ਜਾਊਗਾ। ਆ ਜਾ ਬਾਈ ਬੱਬੂ, ਆ ਜਾ ਬਹਿ ਜਾ। ਆ ਵੇਖ ਲੈ ਭੈਣੇ, ਬੇਬੇ ਨੇ ਕੀ ਸਿਆਪਾ ਪਾਤਾ। ਪ੍ਰੀਤ ਨੂੰ ਕਹਿੰਦੀ ਮੋਟਰਸਾਈਕਲ ਦੀ ਥਾਂ ਮੈਂ ਕਹਿੰਦੀ ਤੇਰੇ ਘਰ ਦੇ ਕਾਰ ਦੇ ਦਿੰਦੇ, ਤੈਨੂੰ ਪਤਾ ਉਹਦੇ ਸੁਭਾਅ ਦਾ, ਉਹ ਝੁੱਜੂ ਪਾਈ ਬੈਠੀ ਆ ਹੁਣ। ਉਹ ਕਹਿੰਦੀ ਮੈਂ ਵਿਚੋਲਣ ਨੂੰ ਸਾਦੀ ਆ, ਕਹਿੰਦੀ ਵਿਚੋਲਿਆਂ ਨੂੰ ਵੀ ਤੁਸੀਂ ਦਾਜ ਮੰਗਦੇ ਹੋ। ਕਹਿੰਦੀ ਦੇਖ ਲੈ ਭੈਣੇ, ਆਪਣੀ ਤਾਂ ਬਾਲੀ ਬੇਇੱਜ਼ਤੀ ਹੋ ਜੂਗੀ। ਹੋਰ ਭਾਈ, ਬੇਇੱਜ਼ਤੀ ਤਾਂ ਹੋ ਹੀ ਜਾਊਗੀ। ਲੈ ਹੋ ਗਈ ਨਾ ਫਿਰ ਉਹੀ ਗੱਲ, ਬੇਬੇ ਨੂੰ ਨਾ ਮੈਂ ਕਿੰਨੇ ਵਾਰੀ ਸਮਝਾਤਾ ਵੀ ਬੇਬੇ ਛੱਡ ਦੇ ਇਹ ਗੱਲ, ਤੂੰ ਛੱਡ ਦੇ ਇਹ ਗੱਲ, ਹਟੀ ਨਹੀਂ ਫਿਰ ਬੇਬੇ ਵੀ ਤੂੰ ਕਾਰ ਕਾਰ ਨਾ ਕਰਿਆ ਕਰ, ਆਪਾਂ ਕਾਰ ਆਪ ਲੈ ਲਾਂਗੇ। ਜੇ ਕਿਸੇ ਕੋਲੇ ਗੱਲ ਪਹੁੰਚ ਗਈ ਆਪਣੀ ਬਾਲੀ ਬੇਇੱਜ਼ਤੀ ਹੋ ਜੂਗੀ, ਪਰ ਨਾ ਵੀ ਇਹ ਗੱਲ ਨਾ ਤੂੰ ਕਰਿਆ ਕਰ, ਨਾ ਕਰਕੇ ਹਟੀ ਬੇਬੇ ਉਹ ਕੰਮ। ਹੋਰ ਕਰਕੇ ਤਾਂ ਹਟੀ, ਮੇਰੇ ਕੋਲੇ ਵੀ ਇਹੀ ਗੱਲਾਂ ਕਰਦੀ ਰਹੀ ਸਾਰਾ ਦਿਨ। ਮੈਂ ਬਥੇਰਾ ਕਹਿੰਦਾ ਵੀ ਤੂੰ ਟਿਕ ਜਾ ਕੋਈ ਨਾ ਆਪਾਂ ਆਪ ਲੈ ਲਾਂਗੇ, ਨਾ ਉਹ ਕਾਹਨੂੰ ਮੰਨਦੀ ਸੀ, ਫਿਰ ਮੰਨਣੀ ਨਹੀਂ ਉਹਨੂੰ ਜੇ ਕਿਸੇ ਦੀ। ਕੀ ਹੋ ਗਿਆ? ਹੋਣਾ ਕੀਤੀ, ਬੇਬੇ ਨੇ ਤਾਂ ਉਹੀ ਕੰਮ ਕਰਤਾ, ਗੁਰਪ੍ਰੀਤ ਤੋਂ ਕਾਰ ਮੰਗ ਲਈ, ਕਹਿੰਦੀ ਤੇਰੇ ਘਰ ਦੇ ਮੋਟਰਸਾਈਕਲ ਦੇ ਬਦਲੇ ਕਹਿੰਦੀ ਕਾਰ ਨਹੀਂ ਦੇ ਸਕੇ। ਹਾਂ ਚੱਕ ਲੈ ਕੁਰਸੀ, ਇੱਧਰ ਹੋ ਜਾ ਮਾੜਾ ਜਾ, ਬਹਿ ਜਾ। ਹੋਰ ਵਿਚਾਰਾ ਇਹ ਟੈਨਸ਼ਨ 'ਚ ਪੈ ਰਿਹਾਗਾ, ਪੈਣੀ ਹੈ ਟੈਨਸ਼ਨ 'ਚ ਇਹਦੇ ਵਿਚਾਰੇ ਨੇ। ਤੁਹਾਡੀ ਭੈਣ ਨੂੰ ਤਾਂ ਕੰਮ ਹੀ ਬੜਾ ਖਰਾਬ ਹੋ ਗਿਆ ਯਾਰ। ਖਰਾਬ ਵਰਗਾ ਖਰਾਬ, ਤੈਨੂੰ ਦੱਸਿਆ ਤਾਂ ਇਹਦਾ ਸਵਾਈ ਹੋ ਰਿਹਾ, ਉਹ ਤਾਂ ਹੁਣ ਆਕੜੀ ਫਿਰਦੀ, ਕਹਿੰਦੇ ਮੈਂ ਤਾਂ ਵਿਚੋਲਣ ਨੂੰ ਸੱਦੂਗੀ, ਕਹਿੰਦੀ ਫੇਰ ਕਰੂੰਗੀ ਗੱਲ ਤੁਹਾਡੇ ਨਾਲ, ਕਹਿੰਦੀ ਤੁਸੀਂ ਦਾਜ ਮੰਗਦੇ ਹੋ, ਬਾਲਾ ਗੰਦਾ ਸੁਭਾਅ ਹੈ ਬਾਈ ਉਹਦਾ ਤਾਂ, ਉਹਨੂੰ ਤਾਂ ਮੈਨੂੰ ਪਤਾ ਹੀ, ਮੈਂ ਕੱਟਦਾ ਜਿਵੇਂ ਉਹਦੇ ਨਾਲ, ਉਹ ਤਾਂ ਆਪਣੀ ਤਾਂ ਬੇਇੱਜ਼ਤੀ ਵਾਲੀ ਹੋ ਜੂਗੀ। ਉਹੀ ਤਾਂ ਗੱਲ ਹੈ ਬਾਈ, ਬੇਇੱਜ਼ਤੀ ਤਾਂ ਹੋ ਹੀ ਜਾਊਗੀ, ਕੰਮ ਤਾਂ ਖਰਾਬ ਹੀ ਹੋ ਗਿਆ। ਮੇਰੀ ਗੱਲ ਸੁਣ ਭੈਣੇ, ਮੇਰੇ ਨਾਲ ਤਾਂ ਉਹਨੇ ਸਿੱਧੇ ਮੂੰਹ ਗੱਲ ਕਰਨੀ ਨੀਗੀ, ਕੀ ਪਤਾ ਤੁਹਾਡੇ ਨਾਲ ਗੱਲ ਕਰ ਲੇ। ਤੁਸੀਂ ਉਹਨੂੰ ਐਂ ਸਮਝਾਓ ਵੀ ਵਿਚੋਲਣ ਨੂੰ ਸੱਦਣ ਦੀ ਲੋੜ ਨਹੀਂ, ਵੀ ਤੂੰ ਛੱਡ ਖੇੜਾ, ਉਧਰੋਂ ਆਪਾਂ ਬੇਬੇ ਨੂੰ ਸਮਝਾਵਾਂਗੇ ਵੀ ਇਹ ਤਾਂ ਗੱਲ ਹੁਣ ਤਾਂ ਕਰਤੀ, ਇਦੋਂ ਮੁੜ ਕੇ ਫੇਰ ਨਾ ਕਰੀ। ਇਹ ਤਾਂ ਐਂ ਨਹੀਂ ਪਤਾ ਜੀ ਇਹਨੇ ਵਿਚੋਲਣ ਕੋਲੇ ਗੱਲ ਕਰਤੀ, ਵਿਚੋਲਣ ਇਹਨਾਂ ਦੇ ਘਰਦਿਆਂ ਕੋਲੇ ਗੱਲ ਕਰ ਦੂਗੀ, ਪੰਗਾ ਖੜਾ ਹੋਜੂ, ਬੇਇੱਜ਼ਤੀ ਵਾਲੀ ਹੋਜੂ ਆਪਣੀ। ਹੋਰ ਵਾ ਬੇਇੱਜ਼ਤੀ ਤਾਂ ਹੋਏ ਜਾਊਗੀ, ਚੱਲ ਤੂੰ ਫਿਕਰ ਨਾ ਕਰ ਬਾਈ, ਕੋਈ ਨਾ ਸਮਝਾਉਣੇ ਆਪਾਂ ਜਾ ਕੇ। ਹੋਰ ਹੁਣ ਸਮਝਾਉਣੀ, ਠੀਕ ਹੈ, ਹੋਰ ਸਮਝਾਵਾਂਗੇ, ਜਾਣਾ ਪਊਗਾ ਆਪਾਂ ਨੂੰ। ਗੁਰਪ੍ਰੀਤ, ਹਾਂ ਭੈਣੇ, ਆ ਜਾ ਬਾਰੇ ਗੱਲ ਕਰਨੀ ਤੇਰੇ ਨਾਲ, ਆ ਜਾ ਇਹ ਵੀ ਆਏ ਨੇ। ਕੀ ਗੱਲ ਕਰਨੀ ਹੈ ਭੈਣੇ? ਜਿਹੜੀ ਤੇਰੇ ਤੇ ਬੇਬੇ 'ਚ ਹੋਈ ਹੈ ਉਹੀ ਗੱਲ ਕਰਨੀ ਹੈ, ਆ ਜਾ ਆ ਜਾ ਕੋਈ ਨਾ। ਮੇਰੀ ਗੱਲ ਸੁਣ ਗੁਰਪ੍ਰੀਤ, ਅਸੀਂ ਤਾਂ ਤੇਰੇ ਨਾਲ ਗੱਲ ਕਰਨੀ ਹੈ, ਤੂੰ ਬੇਬੇ ਦੇ ਕਹੇ ਦਾ ਨਾ ਗੁੱਸਾ ਨਾ ਕਰੀ ਭੈਣ ਕੇ, ਅਸੀਂ ਤਾਂ ਤੂੰ ਮਾਫ਼ੀ ਮੰਗਦੇ ਹਾਂ। ਹੁਣ ਤੂੰ ਇਹ ਗੱਲ ਦਾ ਕਦੇ ਰੌਲਾ ਨਹੀਂ ਪਾਉਣਾ ਮੇਰੀ ਭੈਣ ਬਣ ਕੇ, ਠੀਕ ਹੈ? ਨਾ ਤੂੰ ਵਿਚੋਲਣ ਵਿਚੋਲਣ ਨੂੰ ਸੱਦਣਾ, ਨਾ ਤਾਂ ਇਹਨੂੰ ਬੇਬੇ ਮੁੜ ਕੇ ਇਹ ਗੱਲ ਕਹੇ ਕਦੇ, ਠੀਕ ਹੈ? ਮੇਰੀ ਗੱਲ ਸੁਣ ਭੈਣੇ, ਵਿਚੋਲਣ ਨੂੰ ਤਾਂ ਇੱਕ ਵਾਰੀ ਮੈਂ ਸੱਦਣ ਹੀ ਸੱਦਣਾ, ਇਹਨੇ ਬੇਬੇ ਨੇ ਮੇਰੀ ਬਾਹਲੀ ਬੇਇੱਜ਼ਤੀ ਕਰੀ ਹੈ। ਅੱਗੇ ਪਹਿਲਾਂ ਵਿਚੋਲਣ ਸਾਨੂੰ ਦੱਸ ਦਿੰਦੀ ਵੀ ਕੁੜੀ ਵਾਲੇ ਗਰੀਬ ਨੇ, ਉਹ ਕਾਰ ਨਹੀਂ ਦੇ ਸਕਦੀ। ਕੇਰਾਂ ਤਾਂ ਮੈਂ ਉਹਨੂੰ ਬੁਲਾ ਕੇ ਪੁੱਛਣੀ ਪੁੱਛਣਾ ਵੀ ਤੂੰ ਸਾਨੂੰ ਐਂ ਦੱਸ, ਤੂੰ ਸਾਨੂੰ ਕਦੋਂ ਕਿਹਾ ਸੀ ਵੀ ਮੁੰਡੇ ਵਾਲੇ ਕਾਰ ਮੰਗਦੇ ਨੇ? ਤੂੰ ਮੇਰੀ ਗੱਲ ਸੁਣ ਗੁਰਪ੍ਰੀਤ, ਮੇਰੀ ਛੋਟੀ ਭੈਣ ਹੈ ਤੂੰ, ਹੈਂ? ਬੇਬੇ ਦਾ ਹੈਗਾ ਦਿਮਾਗ ਪੁਰਾਣਾ, ਪੁਰਾਣੇ ਖਿਆਲਿਆਂ ਦੀ ਹੈ ਬੇਬੇ। ਜਿਹੜੀ ਗੱਲ ਉਹਨੇ ਕਹਿਤੀ ਕਹਿਤੀ, ਉਹਨੇ ਤਾਂ ਕਹਿਤੀ ਤੂੰ ਮੈਨੂੰ ਐਂ ਦੱਸ ਬੇਬੇ ਦਾ ਕੀ ਹੈ। ਬੱਬੂ ਨੇ ਤੈਨੂੰ ਕਹੀ ਹੈ ਕਦੇ ਇਹ ਗੱਲ ਵੀ ਮੈਨੂੰ ਕਾਰ ਚਾਹੀਦੀ ਹੈ? ਬੱਬੂ ਨੇ ਤਾਂ ਕਦੇ ਨਹੀਂ ਕਿਹਾ ਵਿਚਾਰੇ ਨੇ।
ਜਾਂ ਕਹੇ ਵੀ ਬੱਬੂ ਨੇ ਮੈਨੂੰ ਕਿਹਾ ਵੀ ਮੈਨੂੰ ਕਾਰ ਚਾਹੀਦੀ ਹੈ, ਉਹਨੇ ਤਾਂ ਕਦੇ ਨਹੀਂ ਕਿਹਾ। ਤੂੰ ਬੇਬੇ ਦੀਆਂ ਗੱਲਾਂ ਹੀ ਦਿਲਤੀ ਨਾਲ ਆ ਇਗਨੋਰ ਕਰਦੇ ਬੇਬੇ ਨੂੰ ਤੂੰ, ਹੈਂ ਟੈਂਕੀ ਲੈਣੇ ਕੋਈ ਤਾਂ ਇੱਥੋਂ ਇਹ ਘਰ 'ਚ ਕਾਰਪੋਰ ਨਹੀਂ ਮੰਗ ਰਿਹਾ, ਤੂੰ ਆ ਗਈ ਘਰ 'ਚ ਇਹ ਬਹੁਤ ਹੈ ਬਸ। ਇਗਨੋਰ ਕਿਵੇਂ ਕਰਦਾ ਬਾਈ, ਆਖਰ ਨੂੰ ਮਾਂ ਪੁੱਤਾਂ ਦੀ ਕੋਈ ਨਾ ਕੋਈ ਤਾਂ ਆਪਸ 'ਚ ਗੱਲ ਹੁੰਦੀ ਹੈ, ਫਿਰ ਹੀ ਬੇਬੇ ਨੇ ਮੈਨੂੰ ਕਿਹਾ ਇੱਕ ਵਾਰ ਤਾਂ ਵਿਚੋਲਣ ਨੂੰ ਸੱਦਣ ਹੀ ਸੱਦਣਾ। ਇਹ ਤਾਂ ਮੇਰੀ ਪੱਥਰ ਦੇ ਲਖੀਰ ਹੈ, ਜੇ ਸਾਨੂੰ ਦਾਜ ਚਾਹੀਦਾ ਸੀ ਤੁਸੀਂ ਸਾਨੂੰ ਪਹਿਲਾਂ ਦੱਸ ਦੇ, ਸਾਡੇ ਨਾਲ ਗੱਲ ਕਲੀਅਰ ਕਰ ਦੇ, ਫਿਰ ਮੈਂ ਸੋਚਣਾ ਸੀ ਮੈਂ ਇਹ ਘਰ 'ਚ ਆਉਣਾ ਕਿ ਨਹੀਂ ਆਉਣਾ। ਮੇਰੀ ਗੱਲ ਸੁਣੋ ਗੁਰਪ੍ਰੀਤ, ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ, ਤੇਰੇ ਤੋਂ ਦਾਜ ਕੋਈ ਨਹੀਂ ਮੰਗਦਾ ਹੁਣੇ ਦੂਮੜ ਕੇ, ਠੀਕ ਹੈ? ਕੋਈ ਗੱਲ ਨਹੀਂ, ਅੱਜ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਹੈ, ਤੂੰ ਇਹ ਰੌਲੇ ਨਾ ਵਧਾ ਪੈ ਬਣ ਕੇ। ਮੈਂ ਤਾਂ ਹੁਣ ਭੈਣ ਇਹ ਗੱਲ ਕਰਨੀ ਕਰਨੀ ਵਿਚੋਲਣ ਨੂੰ ਸੱਦ ਕੇ, ਤੁਸੀਂ ਮੈਨੂੰ ਰੋਕਣ ਦੀ ਕੋਸ਼ਿਸ਼ ਨਾ ਕਰੋ, ਮੈਂ ਤਾਂ ਕਰੂੰਗੀ ਗੱਲ, ਠੀਕ ਹੈ? ਮੈਂ ਨਹੀਂ ਰਹਿਣਾ ਗੱਲ ਕਰੇ ਬਿਨਾਂ। ਚੱਲ ਭੈਣੇ, ਮਰਜ਼ੀ ਹੈ ਤੇਰੀ, ਜੇ ਸਾਡੀ ਗੱਲ ਨਹੀਂ ਮੰਨਣੀ ਹੈਗੀ। ਬੱਬੂ ਸਹੀ ਗੱਲ ਹੈ ਤੇਰੀ, ਅੱਜ ਤਾਂ ਆਕੜੀ ਵਾਲੀ ਹੈਗੀ, ਅੱਜ ਤਾਂ ਮਿੰਨਤਾਂ ਕਰ ਕਰ ਥੱਕ ਗਏ, ਇਹ ਤਾਂ ਕਹਿੰਦੇ ਮੈਂ ਵਿਚੋਲੇ ਨੂੰ ਸੱਦਣ ਹੀ ਸੱਦਣਾ। ਮੈਂ ਤੈਨੂੰ ਦੱਸਿਆ ਨਹੀਂ ਤੀ ਭੈਣੇ, ਇਹਦਾ ਸੁਭਾਅ ਹੀ ਬੜਾ ਪੁੱਠਾ ਹੈ, ਮੈਂ ਤੈਨੂੰ ਉਹਦੇ ਆਖਿਆ ਤਾਂ ਹੈਗਾ ਤੀ। ਦੱਸਿਆ ਤਾਂ ਹੈਗਾ ਤੀ ਬਾਈ, ਗਲਤ ਗਲਤ ਫਿਰ ਉਹਦੀ ਵੀ ਹੈ। ਬੇਬੇ ਤੂੰ ਕਿਉਂ ਗੱਡੀ ਦੀ ਗੱਲ ਛੇੜੀ ਵਾਰੀ ਵਾਰੀ, ਕਾਰ ਲੈਣੀ ਹੈ ਕਾਰ ਲੈਣੀ ਹੈ, ਪੁੱਠੇ ਕੰਮ ਛੇੜਦੀ ਰਹਿਣੀ ਹੈ ਸਾਰਾ ਦਿਨ। ਜਦੋਂ ਮੈਂ ਤੈਨੂੰ ਕਿਹਾ ਤੀ ਵੀ ਇਹੀ ਆ ਛੇੜਾ ਨਾ ਛੇੜੀ, ਕਰਤਾ ਉਹੀ ਕੰਮ। ਮੈਂ ਤਾਂ ਸੁਖਪਾਲ ਨੂੰ ਸੁਬਹ ਕੀ ਗੱਲ ਕਰੀ ਤੀ ਇਹਦੇ ਨਾਲ, ਉਹੀ ਸਿਰ ਚੜੀ ਜਾਂਦੀ ਹੈ, ਫਿਰ ਆ ਜਾਣਦੇ ਕੌਣ ਆਉਂਦਾ ਵਿਚੋਲਣ ਕੀ ਕਰ ਦੂਗੀ ਮੇਰਾ, ਬੁਲਾ ਲੈਣ ਦੇ ਇਹਨੂੰ, ਕਿਹਨੂੰ ਬੁਲਾਉਂਦੀ ਹੈ ਇਹ। ਬੇਬੇ ਚਾਹੇ ਤੂੰ ਸੁਬਹ ਕੀ ਗੱਲ ਹੀ ਕਰੀ ਤੀ, ਜਿਵੇਂ ਮਰਜ਼ੀ ਕਰੀ ਤੀਗੀ, ਪਰ ਤੈਨੂੰ ਇਹ ਗੱਲ ਕਰਨੀ ਨਹੀਂ ਚਾਹੀਦੀ ਤੀ, ਹੈਂ? ਕਿੱਡਾ ਰੌਲਾ ਵਧਾਤਾ ਤੂੰ ਇਹ ਗੱਲ ਕਰਕੇ, ਆਪਣੀ ਬੇਇੱਜ਼ਤੀ ਵਾਲੀ ਹੈ ਬੇਬੇ। ਮੇਰੀ ਗੱਲ ਸੁਣ ਪੁੱਤ, ਜੇ ਮੇਰੇ ਤੋਂ ਕਹੀ ਗਈ ਇਹ ਗੱਲ, ਫਿਰ ਹੁਣ ਮੈਂ ਕੀ ਕਰਾਂ, ਮਾਫੀ ਮੰਗਾ ਮੈਂ ਤੋਂ? ਮੇਰੇ ਉੱਤੇ ਆਕੜਾ ਮਾਰਦੀ ਹੈ, ਫਿਰ ਮੈਨੂੰ ਡਰ ਮਾਰਿਆ ਇਹਦਾ? ਮੈਂ ਨਹੀਂ ਚੁੱਕਦੀ ਚੱਕਦੀ ਕਿਸੇ ਮੂਹਰੇ, ਮੈਨੂੰ ਡਰ ਨਹੀਂ ਮਾਰਿਆ ਕਿਸੇ ਦਾ, ਸੱਦ ਲੈਣ ਤੇ ਜਿਹਨੂੰ ਸੱਦਦੀ ਹੈ, ਮੇਰਾ ਕੀ ਕਰਾ ਦੂਗੀ ਇਹ? ਮੈਂ ਕੀ ਡਰਦੀ ਹਾਂ ਉਹਨਾਂ ਤੋਂ? ਵੱਡੇ ਰੋਹ ਮਾਰਦੀ ਹੈ ਸਾਰਾ ਦਿਨ ਮੇਰੇ ਤੇ, ਆਕੜਾਂ ਦਿਖਾਉਂਦੀ ਹੈ। ਮੇਰੀ ਗੱਲ ਸੁਣ ਭੈਣੇ, ਤੂੰ ਸਾਡਾ ਰਿਸ਼ਤਾ ਕਰਾਇਆ ਸੀ, ਤੂੰ ਸਾਨੂੰ ਕਦੋਂ ਕਿਹਾ ਸੀ ਵੀ ਮੁੰਡੇ ਵਾਲੇ ਕਾਰ ਮੰਗਦੇ ਨੇ, ਵੀ ਜਾ ਤੂੰ, ਅਸੀਂ ਤੈਨੂੰ ਕਿਹਾ ਸੀ ਵੀ ਸਾਨੂੰ ਇਹੀ ਜਿਹਾ ਰਿਸ਼ਤਾ ਪਾਲ ਕੇ ਦੇ ਵੀ ਅਸੀਂ ਕਾਰ ਦੇਵਾਂਗੇ ਮੁੰਡੇ ਵਾਲਿਆਂ ਨੂੰ? ਨਾ ਨਾ ਤਾਂ ਤੁਸੀਂ ਮੈਨੂੰ ਕਿਹਾ ਵੀ ਅਸੀਂ ਕਾਰ ਦੇਣੀ ਹੈ, ਨਾ ਮੈਂ ਇਹਨਾਂ ਨੂੰ ਕਿਹਾ ਵੀ ਉਹ ਕਾਰ ਦੇਣਗੇ। ਹਾਂ ਦੱਸੋ ਹੁਣ ਫਿਰ ਬੋਲੋ। ਤਾਂ ਮੈਨੂੰ ਕਹੀ ਨਹੀਂ ਇਹ ਗੱਲ ਵੀ ਕੁੜੀ ਵਾਲਿਆਂ ਦਾ ਫੁੱਲ ਤਕੜਾ ਘੜ ਹੈ, ਵਾਧੂ ਲੈਣ ਦੇਣ ਦੇਣਗੇ? ਹਾਂ ਇਹ ਗੱਲ ਤਾਂ ਮੈਂ ਕਹੀ ਹੈ, ਮੈਂ ਕਦੋਂ ਮੁੱਕਰਦੀ ਹਾਂ, ਫਿਰ ਅਗਲਿਆਂ ਨੇ ਦਿੱਤਾ ਵੀ ਹੈ ਮਾਤਾ, ਜਿੰਨੇ ਕੁ ਜੋਗੇ ਅਗਲੇ ਹੈਗੇ ਸੀ। ਮੇਰੀ ਗੱਲ ਸੁਣ ਭੈਣੇ, ਇਹਨਾਂ ਨੂੰ ਕਾਰ ਚਾਹੀਦੀ ਹੈ, ਮੋਟਰਸਾਈਕਲ ਤੇ ਇਹਨਾਂ ਨੂੰ ਸਬਰ ਨਹੀਂ, ਮੈਥੋਂ ਕਾਰ ਮੰਗਦੇ ਨੇ। ਲੈ ਦੱਸ ਕਮਾਲ ਹੋ ਗਈ, ਮੈਂ ਤੇਥੋਂ ਕਦੋਂ ਕਾਰ ਮੰਗ ਲਈ? ਮੇਰੀ ਗੱਲ ਸੁਣ ਗੁਰਪ੍ਰੀਤ, ਜੇ ਤਾਂ ਬੱਬੂ ਨੇ ਤੇਥੋਂ ਕਾਰ ਮੰਗੀ ਹੋਵੇ ਫੇਰ ਵੀ ਤੂੰ ਕਹੇ, ਚੱਲ ਬੇਬੇ ਸਵੇ ਕੀ ਗੱਲ ਕਰ ਬੈਠੀ, ਇਹਦਾ ਨਹੀਂ ਦਿਮਾਗ ਪੁਰਾਣੇ ਖਿਆਲਾਂ ਦੀ ਹੈ। ਸਵੇ ਕੀ ਗੱਲ ਕਰ ਬੈਠੀ, ਤੇਰੀ ਮਾਂ ਹੈ ਨਾ, ਤੂੰ ਤਾਂ ਫਿਰ ਇਸੇ ਦੀ ਮਿਹਰ ਕਰਾਏਗੀ, ਮੈਨੂੰ ਪਤਾ ਹੀ ਹੈ। ਪਹਿਲਾਂ ਵੀ ਭੈਣੇ ਇੱਕ ਦੋ ਵਾਰੀ ਇਹਨੇ ਮੈਨੂੰ ਸੁਣਾਈ ਕਰੀ ਹੈਗੀ ਇਹ ਗੱਲ ਦੀ, ਅੱਜ ਤਾਂ ਇਹਨੇ ਮੈਨੂੰ ਸਪਸ਼ਟ ਹੀ ਕਹਿਤਾ, ਹਜੇ ਤੂੰ ਕਹਿੰਦੀ ਇਹਨੇ ਸਵਾਈ ਕੀ ਗੱਲ ਕਰੀ ਹੈ। ਚੱਲ ਮੇਰੀ ਗੱਲ ਸੁਣ ਗੁਰਪ੍ਰੀਤ, ਮੈਂ ਇਹ ਨਹੀਂ ਕਹਿੰਦੀ, ਚੱਲ ਇਹਨੇ ਕਹਿਤਾ ਕੋਈ ਗੱਲ ਨਹੀਂ, ਜਿਹੀ ਜਿਹਦਾ ਦਿਮਾਗ ਤੀ ਇਹਨੇ ਵਰਤ ਲਿਆ, ਇਹਨੂੰ ਕਾਰ ਦਾ ਲਾਲਚ ਹੈਗਾ ਤੀ, ਪਰ ਤੈਨੂੰ ਬੱਬੂ ਨੇ ਤਾਂ ਨਹੀਂ ਕਿਹਾ, ਬਾਕੀ ਅਸੀਂ ਤੇਰੇ ਨਾਲ ਹਾਂ, ਤੈਨੂੰ ਕਹੀ ਤਾਂ ਜਾਂਦੇ ਹਾਂ, ਫਿਰ ਤੈਨੂੰ ਕੀ ਦਿੱਕਤ ਹੈ? ਚੱਲ ਇਹਨੇ ਤਾਂ ਮੈਨੂੰ ਨਹੀਂ ਕਿਹਾ, ਮੈਂ ਮੰਨਦੀ ਹਾਂ ਤੇਰੀ ਗੱਲ, ਜੇ ਬੇਬੇ ਕਹਿੰਦੀ ਹੈ ਗੱਲ ਤਾਂ ਇੱਕੋ ਹੀ ਹੈ ਦੋਨੇ ਜਣਿਆਂ ਦੀ। ਤੁਸੀਂ ਮੈਨੂੰ ਐਂ ਦੱਸੋ, ਜੇ ਤੁਹਾਨੂੰ ਦਾਜ ਚਾਹੀਦਾ ਸੀ ਤੁਸੀਂ ਸਾਨੂੰ ਪਹਿਲਾਂ ਦੱਸਣਾ ਸੀ। ਸਹੀ ਗੱਲ ਹੈ ਫਿਰ ਇਹਦੀ, ਪਹਿਲਾਂ ਦੱਸ ਦੇ ਤੁਸੀਂ, ਮੈਂ ਕਿਹੜਾ ਤੁਹਾਡੇ ਤੋਂ ਕੋਈ ਓਹਲਾ ਰੱਖਿਆ, ਤੁਸੀਂ ਮੇਰੇ ਨਾਲ ਗੱਲ ਕਰਦੇ, ਮੈਂ ਇਹਨਾਂ ਨੂੰ ਦੱਸਦੀ, ਅਗਲੇ ਆਪੀ ਰਾਇ ਕਰਦੇ, ਆਪੀ ਸੋਚਦੇ ਵੀ ਕੁੜੀ ਵਿਆਹਣੀ ਹੈ ਕਿ ਨਹੀਂ ਵਿਆਹਣੀ ਹੈ। ਅਸਲ ਤਾਂ ਮਾਤਾ ਮੈਨੂੰ ਤੂੰ ਦੱਸਣਾ ਸੀ ਵੀ ਭਾਈ ਮੈਨੂੰ ਤਾਂ ਕਾਰ ਚਾਹੀਦੀ ਹੈ, ਮੈਂ ਅਗਲੇ ਨੂੰ ਕਹਿੰਦੀ, ਅਗਲੇ ਸੋਚ ਲੈਂਦੇ। ਹਾਂ ਭੈਣੇ ਇਹੀ ਗੱਲ ਇਹਨਾਂ ਨੂੰ ਮੈਂ ਕਹਿਣੀ ਆ ਵੀ ਤੁਸੀਂ ਸਾਨੂੰ ਪਹਿਲਾਂ ਦੱਸ ਦੇ, ਮੈਂ ਸੋਚਦੀ ਮੇਰੇ ਘਰ ਦੇ ਸੋਚਦੇ, ਪੜ੍ਹੀ ਲਿਖੀ ਆ ਮੈਂ, ਇਹ ਨਹੀਂ ਇਹਨਾਂ ਤੋਂ ਦਬਣ ਵਾਲੀ, ਮੈਂ ਤਾਂ ਇਹਨਾਂ ਦਾ ਜਲੂਸ ਕੱਢ ਦੂੰ, ਇਹਨਾਂ ਨੂੰ ਤਾਂ ਵੀ ਅਸੀਂ ਇਹਨੂੰ ਅਸੀਂ ਦਾਜ ਪਿੱਛੇ ਦਬਕਾ ਲਾਂਗੇ, ਐਂ ਨਹੀਂ ਮੈਂ ਡਰਦੀ ਕਿਸੇ ਤੋਂ।
ਲੈ ਯਾਰ ਕਮਾਲ ਹੋ ਗਈ ਤੇਰੇ ਵਾਲੀ, ਅਸੀਂ ਤੈਨੂੰ ਪਿਆਰ ਨਾਲ ਸਮਝਾਈ ਜਾਂਦੇ ਸਾਰੇ ਜਾਣੇ, ਤੂੰ ਹੀ ਸਿਰ ਸਿਰ ਚੜੀ ਜਾਂਦੀ, ਮੈਂ ਕਰ ਦੂੰ ਐਂ ਕਰ ਦੂੰ, ਜਾਂ ਕੱਢ ਲੈ ਜਲੂਸ, ਕੱਢ ਦੇ। ਹਾਂ ਫਿਰ ਠੀਕ ਹੈ, ਕਮਾਲ ਲੈ ਦੇਖ ਲੈ ਭੈਣੇ, ਹੁਣ ਤੇਰੇ ਸਾਹਮਣੇ ਕਿਵੇਂ ਰੋਬ ਮਾਰਦੀ ਹੈਗੀ ਹੈ, ਇਹਨੂੰ ਮਾੜਾ ਮੋਟਾ ਸਮਝਣਾ ਚਾਹੀਦਾ ਹੈਗਾ। ਚੱਲ ਕੋਈ ਨਾ ਗੁਰਪ੍ਰੀਤ, ਤੂੰ ਚੁੱਪ ਕਰ ਜਾ। ਤਾਂ ਹੀ ਤਾਂ ਕਹਿੰਦੇ ਹਾਂ ਲੜਾਈ ਨੂੰ ਵਧਾਉਣਾ ਥੋੜ੍ਹੀ ਆਪਾਂ ਕਢਾਉਣਾ ਹੈਗਾ, ਲੱਸੀ ਤਾਂ ਲੜਾਈ ਨੇ ਜਿੰਨਾ ਮਰਜ਼ੀ ਵਧਾ ਲੈ। ਜਦੋਂ ਅਸੀਂ ਕਹੀ ਜਾਂਦੇ ਹਾਂ ਆਪਾਂ ਤਾਂ ਕਹੀ ਜਾਂਦੇ ਹਾਂ ਇਹਨੂੰ, ਵੀ ਚੱਲ ਜਿਹੜੀ ਗੱਲ ਹੋ ਗਈ ਹੋਵਾ ਗਈ, ਪਰ ਕਹੀ ਤਾਂ ਜਾਂਦੇ ਵੀ ਜੇ ਹੁਣ ਜ਼ਿੰਮੇਵਾਰੀ ਸਾਡੀ ਹੈ, ਜੇ ਇਹ ਬੋਲੂਗੀ ਅਸੀਂ ਇਹਨੂੰ ਆਪੇ ਝਿੜਕਾਂਗੇ ਫਿਰ। ਚੱਲ ਤੂੰ ਮੇਰੇ ਅੱਖ ਚੁੱਪ ਕਰ ਗੁਰਪ੍ਰੀਤ, ਚੁੱਪ ਕਰ ਜਾ। ਐਂ ਕਿਵੇਂ ਚੁੱਪ ਕਰ ਜਾ ਭੈਣੇ, ਇੱਕ ਤਾਂ ਦਾਜ ਮੰਗਦੇ ਨੂੰ ਉੱਤੋਂ ਰੋ ਮਾਰ ਦਿੰਦੇ, ਕਿਵੇਂ ਬੋਲਦਾ ਕਿ ਕੁਝ ਕਰ ਲੈ ਜਿਹੜਾ ਕੁਛ ਕਰਨਾ। ਐਂ ਨਹੀਂ ਮੈਂ ਡਰਦੀ, ਮੈਂ ਕਰਕੇ ਦਿਖਾਊਂ ਫਿਰ ਇਹਨਾਂ ਨੂੰ। ਚੱਲ ਠੀਕ ਹੈ ਫਿਰ, ਮੇਰੀ ਗੱਲ ਸੁਣ, ਤੂੰ ਕਰ ਲਈ ਕੀ ਕਰਨਾ, ਇਸੇ ਗੱਲ ਤੀ ਪੱਕੀ ਰਹੀ, ਕਰ ਲੈ ਕੀ ਕਰੇਂਗੀ ਤੂੰ। ਹਾਂ ਸਹੀ ਗੱਲ ਹੈ, ਉਹ ਡਰਾਬੇ ਮਾਰਦੀ ਹੈ, ਲੈ ਕੀ ਕਰ ਦੇਂਗੀ ਤੂੰ ਸਾਡਾ, ਸੜੀ ਹੋਈ ਕੀ ਲੱਛਣ ਕਰਦੀ ਹੈ, ਕਿਤੇ ਭੁਲੇਖੇ 'ਚ ਨਾ ਫਿਰਦੀ ਹੋਵੇਂ, ਮੈਂ ਤਾਂ ਤੇਰੇ ਵਰਗੀ ਨੂੰ ਗੋਡਿਆਂ ਥੱਲੇ ਲੈ ਲੈਂਦੀ ਹਾਂ, ਕਿਤੇ ਬਾਲੀ ਚੰਬੜ ਰਹੀ ਹੈ। ਗੋਡਿਆਂ ਥੱਲੇ ਤਾਂ ਪਤਾ ਹੀ ਨਹੀਂ ਬੁੜੀਏ ਕਿਹਨੇ ਆਉਣਾ ਕਿਹਨੇ ਨਹੀਂ ਆਉਣਾ, ਕਿਤੇ ਭੁਲੇਖੇ 'ਚ ਫਿਰਦੀ ਹੋਵੇਂ, ਉਹ ਤਾਂ ਕੋਈ ਹੋਰ ਹੀ ਹੋਣਗੀਆਂ, ਮੇਰੇ ਵਰਗੀ ਨਾਲ ਤੇਰਾ ਬਾਈ ਨਹੀਂ ਪਿਆ ਹੋਣਾ। ਇੱਕ ਤਾਂ ਦਾਜ ਮੰਗਦੇ ਨੇ ਉੱਤੋਂ ਰੋ ਮਾਰਦੇ ਨੇ, ਗੱਲਾਂ ਦੇਖ ਲੈ ਕੀ ਕਰਦੇ ਨੇ। ਚੱਲ ਭੈਣ ਮੈਂ ਕੱਪੜੇ ਚੱਕ ਲਿਆ, ਉਹਨੇ ਮੈਨੂੰ ਮੇਰੇ ਪੇਕੇ ਛੱਡ ਕੇ ਆ। ਦੇਖ ਲੈ ਭੈਣੇ, ਗੱਲ ਟਿਕਾਉਣੀ ਤਾਂ ਕੀਤੀ, ਸਗੋਂ ਵਧਾਈ ਜਾਂਦੀਆਂ ਦੋਨੇ। ਚੱਲ ਸੁਪਾਲ ਚੁੱਪ ਕਰ ਤੂੰ, ਕੋਈ ਗੱਲ ਨਹੀਂ, ਨਾ ਟਿਕਾਉਣ ਦੇ ਗੱਲ ਕਰਦੇ ਨੇ, ਕੀ ਕਰ ਦੂਗੀ ਉਹ, ਟਿਕਾਊ ਕੌਣ, ਤੇਰੀ ਕੰਡੇ ਬੀਜੇ ਹੋਏ ਨੇ ਸਾਰੇ, ਫਿਰ ਮੈਂ ਆਪੀ ਨਿਬੜੂੰਗੀ, ਮੇਰੇ ਬੀਜੇ ਹੋਏ ਨੇ, ਤੇਰੇ ਜੀਵ ਨੇ ਬੀਜੇ ਨੇ, ਤੂੰ ਕਿਉਂ ਹੀ ਡਰਦੀ ਹੈ ਉਹਨਾਂ ਤੋਂ, ਉਹੀ ਡਰੀ ਜਾਊਗੀ ਇਹਨਾਂ ਤੋਂ, ਬੋਲਦੀ ਤਾਂ ਦੇਖ ਕਿਵੇਂ ਥੀ ਇਹ, ਹੁਣ ਨਹੀਂ ਕੋਈ ਇਹਦਾ ਇਲਾਜ ਬਣਦਾ। ਮੈਂ ਤਾਂ ਐਂ ਹੈਰਾਨ ਹਾਂ ਇਹਦੇ 'ਤੇ, ਮੇਰੀ ਗੱਲ ਸੁਣ ਭੈਣੇ, ਦੇਖ ਲੈ ਅਸੀਂ ਐਂ ਨਹੀਂ ਕਹਿੰਦੇ ਵੀ ਬੇਬੇ ਦਾ ਕਸੂਰ ਹੈ ਨਹੀਂ, ਕਸੂਰ ਬੇਬੇ ਦਾ ਵੀ ਹੈਗਾ, ਪਰ ਉਹ ਦੇਖ ਲੈ ਪੜ੍ਹੇ ਲਿਖੇ ਵਾਲੀ ਕੋਈ ਗੱਲ ਕਰੀ ਹੈ ਉਹਨੇ, ਹੈਗੀ ਕੋਈ ਅਕਲ ਪੜ੍ਹੇ ਲਿਖੇ ਵਾਲੀ, ਬੋਲਣ ਦੀ ਅਕਲ ਹੈਗੀ ਪਹਿਲਾਂ, ਕਿਵੇਂ ਬੋਲਦੀ ਤੀ, ਗੱਲ ਨੂੰ ਟਿਕਿਆ ਵੀ ਸਕਦੀ ਤੀ, ਗੱਲ ਨਿਬੜ ਸਕਦੀ ਤੀ ਇਹ, ਜੇ ਮਾੜਾ ਮੋਟਾ ਦਿਮਾਗ ਲਾਉਂਦੀ ਉਹ। ਮੈਂ ਬਾਈ ਕੀ ਕਹਿ ਸਕਦੀ ਹਾਂ ਹੁਣ, ਮੈਂ ਤਾਂ ਹੁਣ ਤੁਹਾਡੇ ਸਾਹਮਣੇ ਉਹਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰੀ ਹੈ, ਮੈਂ ਤਾਂ ਪਹਿਲੀ ਵਾਰੀ ਰਿਸ਼ਤਾ ਕਰਾਇਆ ਸੀ, ਮੈਂ ਤਾਂ ਪਛਤਾ ਹੀ ਜਾਂਦੀ ਹਾਂ ਰਿਸ਼ਤਾ ਕਰਾ ਕੇ, ਉਹਨੇ ਤਾਂ ਮੇਰੇ ਝਾਟੇ ਵੀ ਖੇ ਪਾ ਦਿੱਤੇ। ਗੁਰਪ੍ਰੀਤ ਤੂੰ ਮੇਰੀ ਗੱਲ ਸੁਣ ਇੱਕ ਮਿੰਟ ਬਹਿ ਕੇ, ਆ ਜਾ ਮੇਰੀ ਗੱਲ ਸੁਣ ਲੈ ਗੁਰਪ੍ਰੀਤ, ਰੁਕ ਜਾ ਖੜ ਜਾ, ਮੈਂ ਤੇਰੇ ਅੱਗੇ ਹੱਥ ਬੰਨਦਾ, ਮੈਂ ਤਾਂ ਤੈਨੂੰ ਕਦੇ ਕੁਛ ਨਹੀਂ ਕਿਹਾ, ਮੈਂ ਤਾਂ ਨਹੀਂ ਕੁਛ ਕਿਹਾ ਤੈਨੂੰ, ਮੇਰੇ ਵੱਲੋਂ ਤਾਂ ਨਹੀਂ ਸ਼ਿਕਾਇਤ ਆਈ ਕੋਈ। ਕੋਈ ਗੱਲ ਨਹੀਂ, ਹੁਣ ਤਾਂ ਮੈਂ ਸਾਨੂੰ ਦੂਜੂ ਹੀ ਦੱਸੂ, ਅੱਜ ਬੇਬੇ ਬਾਹਲਾ ਗਲਤ ਕੰਮ ਕਰਤਾ ਤੂੰ, ਬਹੁਤ ਕੰਮ ਖਰਾਬ ਹੋ ਗਿਆ ਹੁਣ ਆਪਣਾ। ਤੂੰ ਬਹਿ ਜਾ ਸੁਪਾਲ ਚੁੱਪ ਕਰਕੇ, ਐਵੇਂ ਮੈਨੂੰ ਮਾੜੀ ਕਹੀ ਜਾਂਦੇ ਹੋ ਤੁਸੀਂ, ਤਾਂ ਬੋਲਦੀ ਤਾਂ ਦੇਖ ਕਿਵੇਂ ਤੀ ਉਹ। ਚੱਲ ਬੋਲਦੀ ਤਾਂ ਮੈਨੂੰ ਪਤਾ ਉਹ ਹੈਗੀ ਤੀ, ਨਹੀਂ ਅਕਲ ਉਹਨੂੰ ਹੈਗੀ, ਕੋਈ ਕਾਰਵਾਈ ਨਾ ਕਰਦੇ ਆਪਣੇ ਤੇ। ਕਰ ਦੇਣ ਦੇ ਫਿਰ ਕੀ ਕਰ ਦੂਗੀ, ਕਰ ਦੇਣ ਦੀ ਕਾਰਵਾਈ ਉਹਨਾਂ ਨੂੰ। ਲੈ ਦੱਸ ਕੁੜੇ, ਜਿਹੜਾ ਆਪਾਂ ਤੋਂ ਸਰਦਾ ਸੀ ਆਪਾਂ ਨੇ ਦੇਤਾ ਉਹਨਾਂ ਨੂੰ, ਹੋਰ ਆਪਾਂ ਉਹਨਾਂ ਨੂੰ ਕੀ ਦੇ ਦਈਏ, ਜੇ ਉਹਨਾਂ ਨੂੰ ਕਾਰ ਚਾਹੀਦੀ ਸੀ ਆਪਾਂ ਨੂੰ ਪਹਿਲਾਂ ਦੱਸ ਦੇ। ਉਹੀ ਤਾਂ ਗੱਲ ਹੈ ਬਾਪੂ, ਉਹ ਗੱਲ ਐਂ ਆ ਚਾਚਾ ਮੇਰੀ ਗੱਲ ਸੁਣ ਤੂੰ, ਮੁੰਡੇ ਦੀ ਮਾਂ ਨੇ ਇਹਨੂੰ ਜ਼ਰੂਰ ਕਹਿਤਾ ਕਾਰ ਨੂੰ, ਪਰ ਬੱਬੂ ਨੇ ਨਹੀਂ ਮੰਗੀ, ਬੱਬੂ ਤਾਂ ਕਹਿੰਦਾ ਮੈਂ ਤਾਂ ਇਹੋ ਜਿਹੀ ਕੋਈ ਗੱਲ ਹੀ ਨਹੀਂ ਕਰੀ ਕਦੇ। ਤੈਨੂੰ ਕੀ ਪਤਾ ਭੈਣੇ, ਦੋਨੇ ਮਾਂ ਪੁੱਤਾਂ ਦੀ ਇੱਕੋ ਹੀ ਗੱਲ ਹੈ, ਜੇ ਬੇਬੇ ਗੱਲ ਕਰਦੀ ਹੈ ਤਾਂ ਉਹਨਾਂ ਦੀ ਆਪਸ 'ਚ ਰਹੀ ਹੋਊਗੀ, ਮੈਂ ਤਾਂ ਇਹਨਾਂ 'ਤੇ ਹੁਣ ਪਰਚਾ ਕਰਾਉਣਾ ਬਾਪੂ, ਦਾਜ ਦਾ ਪਰਚਾ ਕਰਾਊਂ ਉਹਨਾਂ 'ਤੇ, ਮੈਂ ਪੜ੍ਹੀ ਲਿਖੀ ਹਾਂ, ਮੈਨੂੰ ਊਂ ਹੀ ਸਮਝਦੇ ਨੇ ਉਹ, ਹੁਣ ਉਹ ਜ਼ਮਾਨੇ ਗਏ। ਮੇਰੀ ਗੱਲ ਸੁਣ ਗੁਰਪ੍ਰੀਤ, ਜਿਹੜਾ ਵੀ ਕੁਛ ਕਰਨਾ ਮਾੜਾ ਮੋਟਾ ਅਕਲ ਤੋਂ ਲੈ, ਦਿਮਾਗ ਤੋਂ ਕੰਮ। ਤੇਰੀ ਮਾਂ ਤੇਰੇ ਭਾਈ ਕੋਲ ਬਾਹਰ ਗਈ ਹੋਈ ਹੈ, ਉਹਨੂੰ ਆ ਲੈਣ ਦੇ 6 ਮਹੀਨੇ ਨੂੰ, ਆਪਾਂ ਫਿਰ ਉਹਨਾਂ ਦੇ ਆਇਆਂ ਤੋਂ ਕੋਈ ਸਲਾਹ ਕਰਕੇ ਕੋਈ ਫੈਸਲਾ ਲਵਾਂਗੇ, ਠੰਡੇ ਦਿਮਾਗ ਤੋਂ ਕੰਮ ਲੈ ਮਾੜਾ ਜਿਹਾ। ਮੈਂ ਤਾਂ ਇਹ ਕਹਿੰਦੀ ਹਾਂ ਵੀ ਕਾਲ ਨਾ ਕਰੋ ਤੁਸੀਂ। ਕਾਲ ਕਿਉਂ ਨਾ ਕਰਾਂ ਭੈਣੇ, ਬੇਬੇ ਤਾਂ 6 ਮਹੀਨਿਆਂ ਤੋਂ ਆਊਗੀ, ਮੇਰੇ ਕੋਲ ਨਹੀਂ ਇੰਨਾ ਟਾਈਮ ਹੈਗਾ, ਤੇਰੇ ਸਾਹਮਣੇ ਕਿਵੇਂ ਤਾਂ ਬੋਲਦੇ ਸੀ ਕਿ ਕਰ ਲੈ ਜਿਹੜਾ ਕੁਛ ਤੂੰ ਕਰਨਾ। ਕੋਈ ਨਾ, ਮੈਂ ਦੱਸਦੀ ਹਾਂ ਇਹਨਾਂ ਨੂੰ, ਇਹ ਸਮਝਦੇ ਕੀ ਨੇ, ਉਹ ਕਹਿੰਦੇ ਨੇ ਹੁੰਦੇ ਜ਼ੁਲਮ ਕਰਨਾ ਵੀ ਪਾਪ ਹੈ, ਜ਼ੁਲਮ ਸਹਿਣਾ ਵੀ ਪਾਪ ਹੈ, ਹੁਣ ਮੈਂ ਜ਼ੁਲਮ ਸਹਿ ਕੇ ਪਾਪ ਨਹੀਂ ਕਰਨਾ।
ਮੈਂ ਤਾਂ ਹੁਣ ਉਹਨਾਂ ਦੇ ਨਾਸੀ ਧੂਆਂ ਲਿਆਉਣੀ ਲਿਆਉਣਾ। ਮੇਰੀ ਗੱਲ ਸੁਣ ਗੁਰਪ੍ਰੀਤ ਪੁੱਤ, ਇਹਦੀ ਗੱਲ ਸਹੀ ਆ ਪੰਮੀ ਦੀ, ਆਪਾਂ ਨੇ ਕਾਹਲੀ ਤੋਂ ਕੰਮ ਨਹੀਂ ਲੈਣਾ। ਮੇਰੀ ਗੱਲ ਸੁਣ ਬਾਪੂ, ਮੇਰੇ ਤਾਂ ਅੱਗ ਲੱਗੀ ਪਈ ਹੈ, ਦੇਖ ਜਿਵੇਂ ਬੋਲਦੇ ਸੀ ਉਹ ਮੈਨੂੰ, ਅੱਗੇ ਤੂੰ ਕਰ ਲੈ ਜਿਹੜਾ ਕੁਛ ਕਰਨਾ, ਤੂੰ ਮੈਨੂੰ ਐਂ ਦੱਸ ਦੇ ਤੂੰ ਮੇਰੇ ਨਾਲ ਤੁਰਨਾ ਕਿ ਨਹੀਂ ਤੁਰਨਾ। ਮੈਂ ਤਾਂ ਤੇਰੇ ਨਾਲ ਹੀ ਆ ਪੁੱਤ। ਬਸ ਫਿਰ ਮੈਂ ਤਾਂ ਪਰਚਾ ਕਰਾਉਣਾ ਉਹਨਾਂ ਤੇ ਦਾਜ ਦਾ। ਕਰ ਲੈ ਜਿਵੇਂ ਤੈਨੂੰ ਠੀਕ ਲੱਗਦਾ। ਜਿਹੜੀ ਤੇਰੀ ਭੂ ਹੈ ਅਹਿਮਦਪੁਰ ਵਾਲੀ, ਮੇਰੇ ਮਾਮੇ ਦੀ ਕੁੜੀ, ਉਹਦਾ ਮੁੰਡਾ ਲੱਗਿਆ ਇੱਥੇ ਬਿੰਦਰ ਆਪਣੀ ਚੌਂਕੀ 'ਚ ਹੌਲਦਾਰ, ਆਪਾਂ ਉਹਦੇ ਨਾਲ ਰਹਿ ਕਰ ਲੈਂਦੇ ਹਾਂ। ਠੀਕ ਹੈ, ਮੇਰੀ ਗੱਲ ਸੁਣ ਲੈ ਮਾਮਾ, ਜੇ ਤਾਂ ਉਂ ਭਜਾਉਣਾ ਤਾਂ ਉਂ ਭਜਾ ਦਿੰਦੇ ਹਾਂਗੇ, ਜੇ ਪਰਚਾ ਪਾਉਣਾ ਤਾਂ ਆਪਾਂ ਪਰਚਾ ਕਰਾ ਦਿੰਦੇ ਹਾਂ, ਤੁਸੀਂ ਦੱਸੋ ਮੈਨੂੰ ਕਿਵੇਂ ਕਰਨਾ। ਨਾ ਨਾ ਬਾਈ, ਉਂ ਨਹੀਂ ਭਜਾਉਣੇ, ਪਰਚਾ ਕਰਾਉਣਾ। ਬੁੜੀ ਬਾਲੀ ਤਿੰਗੜਦੀ ਹੈ, ਨਾਲੇ ਮੇਰੇ ਘਰ ਵਾਲਾ, ਮੈਂ ਉਹਨਾਂ ਨੂੰ ਸਬਕ ਸਿਖਾਉਣੀ ਸਿਖਾਉਣਾ। ਕੋਈ ਗੱਲ ਨਹੀਂ, ਪਰਚਾ ਕਰਾ ਦਿੰਦੇ ਹਾਂ, ਮੈਂ ਕਰ ਲੈਣਾ ਇੰਚਾਰਜ ਸਾਹਿਬ ਨਾਲ ਗੱਲ, ਇੱਕ ਵਾਰੀ ਤੂੰ ਕਿਹਾ ਠਾਣੇ ਆ ਕੇ ਬਿਆਨ ਲਿਖਾ ਦੇ, ਫਿਰ ਦੇਖੀ ਕੀ ਬਣਦਾ। ਕੋਈ ਗੱਲ ਨਹੀਂ ਬਾਈ, ਬਿਆਨ ਲਿਖਾ ਦਾਂਗੇ, ਸਾਨੂੰ ਦੱਸੋ ਤੁਸੀਂ ਕਦੋਂ ਆਉਣਾ ਠਾਣੇ, ਅਸੀਂ ਉਦੋਂ ਆ ਜਾਵਾਂਗੇ। ਐਂ ਕਰਿਓ, ਕੱਲ ਨੂੰ ਆ ਜਿਓ ਦੋਨੇ ਜਾਣੇ, ਮੈਂ ਸਾਰੀ ਗੱਲਬਾਤ ਕਰਕੇ ਰੱਖੂਗਾ ਮਾਮਾ, ਹੋ ਸਕਿਆ ਤਾਂ ਬਚੋਲ ਨੂੰ ਵੀ ਲਿਆਇਓ ਨਾਲ। ਹਾਂ ਕੋਈ ਗੱਲ ਨਹੀਂ ਪੁੱਤ, ਆ ਜਾਵਾਂਗੇ, ਉਹਨੂੰ ਵੀ ਨਾਲ ਲਿਆਵਾਂਗੇ। ਠੀਕ ਹੈ, ਚੱਲ ਚੰਗਾ ਜਾਣਾ। ਮੈਂ ਤਾਂ ਬਹਿ ਜਾ ਬਾਈ, ਰੋਟੀ ਖਾ ਕੇ ਵਗ ਜੀ। ਨਾ ਨਾ, ਰੋਟੀ ਰੋਟੀ ਤਾਂ ਖਾ ਕੇ ਆਇਆ ਸੀ, ਚਾਹ ਪੀ ਲਈ ਬਸ, ਮੈਂ ਤਾਂ ਡਿਊਟੀ ਤੋਂ ਟਾਈਮ ਕੱਢ ਕੇ ਆਇਆ, ਮਸਾਂ ਮਾਮੇ ਨੇ ਫੋਨ ਕਰਤਾ, ਕਹਿੰਦਾ ਆ ਕੇ ਜਾਈ, ਮੈਂ ਚੰਗਾ। ਚੱਲ ਚੰਗਾ ਮਾਮਾ। ਰੋਟੀ ਨੂੰ ਤਾਂ ਟਾਈਮ ਨਹੀਂ ਲੱਗਦਾ ਸੀ ਬਾਈ, 5 ਮਿੰਟ ਲੱਗਦੇ। ਨਾ ਨਾ ਬਸ ਬਾਈ, ਮੈਨੂੰ ਕਿਹੜਾ ਹੋ ਸੀ, ਕੋਈ ਖਾ ਕੇ ਆਇਆ ਮੈਂ। ਕੌਣ ਹੈ ਭਾਈ, ਬਾਰ ਤਾਂ ਖੁੱਲ੍ਹਾ ਹੀ ਹੈ। ਬਲਵਿੰਦਰ ਬੱਬੂ ਦਾ ਘਰ ਇਹੀ ਹੈ? ਹਾਂਜੀ ਭਾਈ, ਇਹੀ ਹੈ। ਤੂੰ ਭੈਣੇ ਬਲਵਿੰਦਰ ਬੱਬੂ ਦੀ ਕੀ ਲੱਗਦੀ ਹੈ? ਭੈਣ ਆ ਭਾਈ ਮੈਂ ਉਹਦੀ। ਅੱਛਾ, ਇਹ ਮਾਤਾ ਹੈ? ਹਾਂਜੀ। ਮੇਰੀ ਗੱਲ ਸੁਣ ਲੈ ਮਾਤਾ, ਭਿੱਖੀ ਥਾਣੇ ਚੋਂ ਆਇਆ ਮੈਂ, ਤੇਰੇ ਤੇ ਨਾਲ ਤੇਰੇ ਮੁੰਡੇ ਤੇ 498 ਦਾ ਪਰਚਾ ਹੈਗਾ, ਗੁਰਪ੍ਰੀਤ ਕੌਰ ਸਨ ਆਫ ਮੇਜਰ ਸਿੰਘ ਨੇ ਕਰਾਇਆ ਹੈਗਾ, ਦਾਜ ਦਾ ਸਾਹਿਬ ਨੇ ਭੇਜਿਆ ਮੈਨੂੰ, ਕੱਲ ਤੱਕ ਥਾਣੇ ਪੇਸ਼ ਹੋ ਜਾਓ। ਬੂ ਮੈਂ ਮਰ ਜਾ, ਹੋ ਗਈ ਨਾ ਉਹੀ ਗੱਲ ਨਾ, ਦਾਜ ਦਾ ਪਰਚਾ ਕਰਾਉਣ ਨੂੰ ਕਿ ਅਸੀਂ ਉਹਨੂੰ ਅੱਗ ਲਾਉਣ ਲੱਗੇ ਤੇ, ਮੈਂ ਤਾਂ ਸੁਭਾਅ ਕੀ ਗੱਲ ਕਰੀ ਤੀ ਉਹਦੇ ਕੋਲੇ। ਨਹੀਂ ਹੁਣ ਤਾਂ ਟਿਕ ਜਾ ਨਾ, ਅੱਗ ਲਾ ਕੇ ਦੇਖ ਲੈਂਦੀ ਮਾਤਾ, ਤੂੰ ਕਰੀ ਜਾਣੇ ਸਵੇਖ ਕੀ ਗੱਲ, ਤੂੰ ਤਾਂ ਮੇਰੇ ਮੂਹਰੇ ਨਹੀਂ ਬੋਲੋਂ ਹਟਦੀ, ਉਹਦੇ ਨਾਲ ਪਤਾ ਨਹੀਂ ਕੀ ਕੁਛ ਕਰਦੀ ਹੋਏਗੀ ਤੂੰ। ਮੇਰੀ ਗੱਲ ਸੁਣ ਲੈ ਸਿੱਧੀ ਹੋ ਕੇ, ਕੱਲ੍ਹ ਤੱਕ ਥਾਣੇ ਪੇਸ਼ ਹੋ ਜਾਓ, ਇਹ ਨਾ ਹੋਵੇ ਕਿਤੇ ਲੇਡੀ ਪੁਲਿਸ ਲਿਆ ਕੇ ਚੱਕ ਕੇ ਲਿਆਉਣੀ ਪੈ ਜਾਏ ਤੂੰ। ਕੋਈ ਨਾ ਬਾਈ, ਜੇ ਹੋ ਜਾਣਗੇ ਕੱਲ੍ਹ ਨੂੰ ਪੇਸ਼, ਕੋਈ ਨਾ ਮੈਂ ਕਹਿ ਦੂੰਗੀ। ਤੂੰ ਭੈਣੇ ਮੈਨੂੰ ਸਿਆਣੀ ਲੱਗਦੀ ਹੈ, ਤੂੰ ਇਹਨੂੰ ਕੱਲ੍ਹ ਤੱਕ ਪੇਸ਼ ਕਰਾ ਦੀ। ਠੀਕ ਹੈ ਬਾਈ, ਕਰਾ ਦੂੰਗੀ। ਨਾ ਤਾਂ ਭਾਈ, ਤੇਰਾ ਤੇ ਤੇਰੇ ਘਰ ਵਾਲ ਦਾ ਵੀ ਲਿਖਾਉਂਦੇ ਸੀ ਉਹ, ਇਹ ਤਾਂ ਬਚੋਲਨੇ ਨੇ ਰੋਕਤਾ, ਨਹੀਂ ਤਾਂ ਪਰਚਾ ਤੁਹਾਡੇ ਤੇ ਵੀ ਹੋ ਜਾਣਾ ਸੀ। ਅਸੀਂ ਤਾਂ ਬਾਈ ਕਦੇ ਉਹਨੂੰ ਕੁਛ ਨਹੀਂ ਕਿਹਾ ਹੈਗਾ, ਦੋਨੇ ਜੀਆਂ ਨੇ, ਨਾ ਮੇਰੇ ਭਰਾ ਨੇ ਕੁਛ ਕਿਹਾ, ਚਾਹੇ ਉਹਨੂੰ ਪੁੱਛ ਨਹੀਂ ਜਾ ਕੇ ਗੁਰਪ੍ਰੀਤ ਨੂੰ। ਤੂੰ ਇਹ ਤਾਂ ਜਿਹੜੀ ਗੱਲ ਹੈ ਬੇਬੇ ਗੱਲ ਕਰ ਬੈਠੀ ਬਾਈ, ਮੇਰਾ ਭਾਈ ਤਾਂ ਜਮੀ ਬੇਕਸੂਰ ਹੈ ਵਿਚਾਰਾ। ਚੱਲ ਕੋਈ ਨਾ, ਇਹ ਤਾਂ ਹੁਣ ਅਦਾਲਤ ਦੱਸੂਗੀ ਕੌਣ ਕਸੂਰਵਾਰ ਆ ਕੌਣ ਬੇਕਸੂਰ ਹੈਗਾ, ਹੁਣ ਤਾਂ ਪਰਚਾ ਦਰਜ ਹੋ ਗਿਆ, ਕੱਲ੍ਹ ਤੱਕ ਇਹਨਾਂ ਦੋਨਾਂ ਨੂੰ ਪੇਸ਼ ਕਰਾ ਦਿਓ ਥਾਣੇ। ਠੀਕ ਹੈ ਬਾਈ ਜੀ, ਕੋਈ ਨਾ ਕਰਾ ਦਾਂਗੇ। ਦੇਖ ਲੈ ਬੇਬੇ, ਤੇਰੀ ਇੱਕ ਗਲਤੀ ਨਾਲ ਕਿੱਡਾ ਵੱਡਾ ਕੰਮ ਹੋ ਗਿਆ, ਹੁਣ ਤੁਹਾਨੂੰ ਜੇਲ੍ਹ ਜਾਣਾ ਪਊਗਾ, ਤੁਹਾਡੇ 'ਤੇ ਪਰਚਾ ਦਰਜ ਹੋ ਗਿਆ, ਹੁਣ ਕੀ ਬਣੂਗਾ ਆਪਣਾ? ਉਹੀ ਕੰਮ ਹੋ ਗਿਆ ਨਾ ਜਿਹੜੇ ਤੋਂ ਮੈਂ ਡਰਦਾ ਸੀ, ਕਿੱਡਾ ਕੰਮ ਕਰਾਤਾ ਬੇਬੇ ਤੂੰ, ਬੇਇੱਜ਼ਤੀ ਵਾਲੀ ਹੋ ਜੂ ਆਪਣੀ, ਆਪਾਂ ਤਾਂ ਪਿੰਡ 'ਚ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ। ਨਾ ਮੂੰਹ ਦਿਖਾਉਣ ਨੂੰ ਕਿ ਆਪਾਂ ਉਹਨੂੰ ਗਲ ਗੁੱਠਾ ਦੇਤਾ ਸੀ, ਮੈਂ ਤਾਂ ਸੁਭਾਅ ਕੀ ਗੱਲ ਕਰੀ ਤੀ, ਉਹ ਤਾਂ ਉਈ ਆਕੜ ਦਿਖਾਉਣ ਲੱਗ ਗਈ। ਕਿੱਡੀ ਭੈੜੀ ਨਿਕਲੀ, ਮਿੰਟਾਂ ਸਕਿੰਟਾਂ 'ਚ ਆਪਣਾ ਘਰ ਤੋੜ ਕੇ ਰੱਖਤਾ ਹੈ, ਮਾੜਾ ਮੋਟਾ ਵੀ ਨਹੀਂ ਸੋਚਿਆ, ਇੰਨੇ ਮਿੰਟਾਂ ਕਰੀਆਂ ਮੈਂ ਉਹਦੀਆਂ, ਵੀ ਕੋਈ ਨਾ ਫਿਰ ਕੀ ਹੋ ਗਿਆ ਜੀ ਬੇਬੇ। ਹੋਰ ਉਹੀ ਤਾਂ ਗੱਲ ਹੈ, ਜਾਂ ਤਾਂ ਐਂ ਹੋਵੇ ਬੱਬੂ ਕਹਿੰਦਾ ਤੇ ਉਹਨੂੰ ਕੁਛ, ਬੱਬੂ ਨੇ ਤਾਂ ਕਦੇ ਕੁਛ ਕਿਹਾ ਨਹੀਂ, ਐਡੀ ਤਾਂ ਕੋਈ ਗੱਲ ਨਹੀਂ ਤੀ,
ਵੀ ਨਾ ਠੀਕ ਹੋਣ ਵਾਲੀ ਨਾ ਸੰਭਾਲੀ ਜਾਂਦੀ ਗੱਲ ਗੱਲ ਤਾਂ ਸੰਭਲ ਸਕਦੀ ਤੀ ਆਪਾਂ ਬੇਬੇ ਨੂੰ ਸਮਝਾ ਦਿੰਦੇ ਕਿੱਡੀ ਕੀ ਗੱਲ ਸੀਗੀ ਹੋਰ ਕਹਿ ਦਿੰਦੇ ਇਹਨੂੰ ਹੋਰ ਕਹਿ ਦਿੰਦੇ ਹੋਰ ਮਿੱਟਾ ਮਾਰ ਲੈਂਦੇ ਉਹ ਕਰਿਆ ਲੈ ਕਮਾਲ ਦੇ ਨੱਕ ਤੇ ਗੁੱਸਾ ਰੱਖਦੀ ਹੈ ਦੁਨੀਆ ਮੈਂ ਤਾਂ ਐਂ ਹੈਰਾਨ ਹੁਣ ਫਿਰ ਕਿਵੇਂ ਕਰੀਏ ਆਪਾਂ ਉਹ ਤਾਂ ਹੁਣ ਕਹਿ ਕੇ ਵਗ ਗਿਆ ਹੌਲਦਾਰ ਤਾਂ ਕਹਿੰਦੇ ਕੱਲ੍ਹ ਨੂੰ ਪੇਸ਼ ਕਰਦੇ ਇਹਨਾਂ ਨੂੰ ਪੇਸ਼ ਤਾਂ ਹੁਣ ਕਰਨੀ ਪਊ ਫਿਰ ਐਂ ਕਿੰਨਾ ਕੁ ਚਿਰ ਭੱਜੇ ਫਿਰਾਂਗੇ ਹੈਂ ਪੇਸ਼ ਤਾਂ ਕਰਨਾ ਪਊਗਾ ਕਹਿੰਦੇ ਘਰੋਂ ਭੱਜੇ ਤਾਂ ਸਰਦਾ ਨਹੀਂ ਬਾਈ ਨਾ ਨਾ ਜੇ ਪਰਚੀ ਹੋ ਗਿਆ ਜਦੋਂ ਪੇਸ਼ ਤਾਂ ਹੋਣਾ ਪਊ ਹੋ ਕੇ ਖੜਾ ਛੱਟੂ ਨਾਲੇ ਹੁਣ ਤਾਂ ਊਂ ਕਹਿ ਗਿਆ ਤੜਕੇ ਨੂੰ ਕੜੀ ਸਦਾ ਲਿਜਾਊ ਫਿਰ ਫਾਇਦਾ ਕੋਈ ਫਿਰ ਜਲੂਸ ਵੱਧ ਨਿਕਲੂਗਾ ਅਗਲਾ ਕਹਿੰਦਾ ਭਾਈ ਚੱਲ ਤੈਨੂੰ ਕਿਹਾ ਤੁਸੀਂ ਆਏ ਨਹੀਂ ਹੈਗੇ ਚੱਲ ਐਂ ਕਰਿਓ ਤੁਸੀਂ ਫਿਰ ਚਾਰ ਬੰਦੇ ਲੈ ਜਾਓ ਪਿੰਡ 'ਚ ਇਹਨਾਂ ਨੂੰ ਪੇਸ਼ ਕਰਵਾ ਦਿਓ ਐਂ ਕਰ ਲਾਂਗੇ ਨਾ ਮੈਂ ਜਾਇਆ ਨਾ ਬੰਦਿਆਂ ਕੋਲ ਤਾਂ ਹੋਰ ਫਿਰ ਪੇਸ਼ ਤਾਂ ਕਰਨੀ ਪੈਣਗੇ ਸਿਆਣੇ ਸਿਆਣੇ ਇਹਨੂੰ ਕਹਿ ਦੀ ਬਾਈ ਹੋਰ ਕੀ ਆਉਣ ਦੇਖ ਲਾਂਗੇ ਕਹਿ ਕੇ ਜੇ ਕੋਈ ਲੋਟ ਆਉਂਦੀ ਹੋਈ ਗੱਲ ਨਾ ਨਾ ਕਹਿ ਦੇਵਾਂਗੇ ਮੇਰਾ ਤਾਂ ਭੈਣੇ ਬਾਲਾ ਜੀ ਕਰੀ ਜਾਂਦਾ ਸੀ ਮੈਂ ਤੁਹਾਡੇ ਕੋਲ ਆਵਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂ ਚੱਲ ਵਧੀਆ ਹੋ ਗਿਆ ਭੈਣੇ ਆ ਗਈ ਮੈਂ ਵੀ ਇਹੀ ਸੋਚੀ ਜਾਂਦੀ ਤੀ ਵੀ ਮੈਂ ਤੈਨੂੰ ਮਿਲਾਂ ਜੇ ਕਿਤੇ ਮਿਲ ਜੇ ਤੂੰ ਤਾਂ ਗੱਲਾਂ ਬਾਤਾਂ ਕਰੀਏ ਦੁੱਖ ਸੁੱਖ ਸਾਂਝਾ ਕਰ ਲਈਏ ਬਾਲੀ ਔਖਾ ਹੋ ਗਿਆ ਭੈਣੇ ਮੇਰੇ ਪੇਕਿਆਂ ਕਰੀਆਂ ਤਾਂ ਮੈਨੂੰ ਦੇਖ ਲੈ ਭੈਣੇ ਕਿੱਡੀ ਮੂਰਖਤਾ ਕਰੀ ਹੈ ਗੁਰਪ੍ਰੀਤ ਨੇ ਹੈਂ ਕਿੰਨਾ ਕੰਮ ਵਧਾ ਕੇ ਬਹਿ ਗਈ ਜੇ ਭੈਣੇ ਉਹ ਸਮਝਣ ਵਾਲੀ ਹੁੰਦੀ ਗੱਲ ਨੂੰ ਸਮਝਾ ਸਕਦੀ ਤੀ ਬਹਿ ਕੇ ਤਾਂ ਨਹੀਂ ਸੁਣ ਸਕਦੀ ਤੀ ਤੇਰੇ ਸਾਹਮਣੇ ਬਟ ਨਹੀਂ ਉਹਨੇ ਪੈਣ ਦਿੱਤਾ ਜੀਭ 'ਚ ਉਹੀ ਤਾਂ ਗੱਲ ਹੈ ਭੈਣੇ ਹੁਣ ਮੈਂ ਤਾਂ ਬਥੇਰਾ ਜ਼ੋਰ ਲਾਇਆ ਸੀ ਬਥੇਰਾ ਉਹਨੂੰ ਸਮਝਾਇਆ ਉਹਦੇ ਬਾਪੂ ਨੇ ਵੀ ਸਮਝਾਇਆ ਤੁਹਾਨੂੰ ਪਤਾ ਹੀ ਹੈ ਫਿਰ ਹੁਣ ਕੀ ਕਰੀਏ ਤਾਂ ਤਾਂ ਕਹਿੰਦੇ ਇਹ 'ਚ ਭੈਣੇ ਸਾਡਾ ਕੀ ਕਸੂਰ ਤੀ ਮੈਂ ਤਾਂ ਮੇਰੀ ਮਾਂ ਨੂੰ ਹੀ ਚਿੰਬੜੀ ਹੋਈ ਤੀ ਰੋਕੀ ਤਾਂ ਬਥੇਰੀ ਸੀ ਪਰ ਮੰਨੀ ਨਹੀਂ ਪਰਚਾ ਕਰਾ ਕੇ ਹਟੀ ਮੈਨੂੰ ਤਾਂ ਆਪ ਥਾਣੇ ਲੈ ਗਏ ਸੀ ਮੈਂ ਕਿਹਾ ਝੂਠ ਮਾਰਾਂ ਭੈਣੇ ਮੈਨੂੰ ਇਹਨਾਂ ਦਾ ਜਿਹੜਾ ਕੋਈ ਵੱਡਾ ਅਫਸਰ ਸੀ ਪਤਾ ਨਹੀਂ ਥਾਣੇਦਾਰ ਸੀ ਪਤਾ ਨਹੀਂ ਕੌਣ ਸੀ ਮੈਨੂੰ ਕਹਿੰਦਾ ਭਾਈ ਤੂੰ ਸੱਚ ਗੱਲ ਦੱਸ ਤੂੰ ਵਿਚੋਲਣ ਸੀ ਵੀ ਮੁੰਡੇ ਵਾਲੇ ਨੇ ਦਾਜ ਮੰਗਿਆ ਸੀ ਮੈਂ ਕਿਹਾ ਨਾ ਉਹਨਾਂ ਨੇ ਭਾਈ ਕੋਈ ਦਾਜ ਨਹੀਂ ਮੰਗਿਆ ਹੈਗਾ ਕੁਛ ਨਹੀਂ ਮੰਗਿਆ ਆਹ ਤਾਂ ਇਹਨਾਂ 'ਚ ਨਵੀਂ ਗੱਲ ਹੋਈ ਹੈ ਉਹ ਵੀ ਮੁੰਡੇ ਦੀ ਮਾਂ ਨੇ ਕਹੀ ਹੈ ਮੁੰਡੇ ਨੇ ਤਾਂ ਕਦੇ ਵਿਚਾਰੇ ਨੇ ਕੋਈ ਗੱਲ ਹੀ ਨਹੀਂ ਕਹੀ ਹਾਂ ਭੈਣੇ ਉਹ ਤਾਂ ਹੁਣ ਮੈਨੂੰ ਵੀ ਪਤਾ ਮੁੰਡਾ ਸਾਡਾ ਉਹ ਹੀ ਨਹੀਂ ਬੋਲਦਾ ਵਿਚਾਰਾ ਗਊਆਂ ਵਰਗਾ ਹੈਗਾ ਉਹ ਤਾਂ ਵੱਧਵੇਂ ਘੱਟਵੇਂ ਗੱਲੇ ਨਹੀਂ ਕਰਦਾ ਕੋਈ ਅਸੀਂ ਤਾਂ ਹੀ ਕਹਿੰਦੇ ਵੀ ਘਰੋਂ ਲੈ ਲਾਂਗੇ ਘਰੋਂ ਲੈ ਲਾਂਗੇ ਮੇਰੀ ਮਾਂ ਨੂੰ ਇਹੀ ਸਮਝਾਉਂਦੀ ਰਹੀ ਮੈਂ ਮੇਰੀ ਮਾਂ ਨੇ ਪਕਾਈ ਮਾਰੀ ਹੈ ਭੈਣੇ ਹਾਂ ਫਿਰ ਮੈਂ ਤਾਂ ਸੱਚ ਬੋਲਿਆ ਭੈਣੇ ਉਹ ਤਾਂ ਗੁਰਪ੍ਰੀਤ ਅੜੀ ਰਹੀ ਕਹਿੰਦੀ ਚਾਰਾਂ ਦੇ ਪਰਚਾ ਕਰਾਉਣਾ ਉਹ ਤਾਂ ਸੋਡੇ ਤੇ ਵੀ ਪਰਚਾ ਕਰਾਉਣ ਨੂੰ ਫਿਰਦੀ ਸੀ ਫਿਰ ਮੈਂ ਕਿਹਾ ਵੀ ਉਹਨਾਂ ਦਾ ਵਿੱਚ ਲੱਲਾ ਨਹੀਂ ਕੱਖਾ ਨਹੀਂ ਉਹਨਾਂ ਨੂੰ ਵਿੱਚ ਕਿਉਂ ਲੜਾਉਣੀ ਆ ਵਿਚਾਰਿਆਂ ਨੂੰ ਵੀ ਚੱਲ ਤੂੰ ਮੁੰਡੇ ਦੀ ਮਾਂ ਤੇ ਕਰਾ ਦੇ ਮੁੰਡੇ ਤੇ ਪਰਚਾ ਕਰਾ ਦੇ ਉਹ ਤਾਂ ਮੈਂ ਅੜੀ ਰਹੀ ਫਿਰ ਤੁਹਾਡਾ ਨਾਂ ਕੱਢਣ ਵਾਸਤੇ ਮੰਨੇ ਨੇ ਉਹ ਹਾਂ ਭੈਣੇ ਸਾਨੂੰ ਦੱਸਤਾ ਸੀ ਹੌਲਦਾਰ ਨੇ ਕਹਿੰਦਾ ਵਿਚੋਲਣ ਨੇ ਨਾਂ ਕਢਵਾਇਆ ਤੁਹਾਡਾ ਉਹ ਤਾਂ ਤਿਆਰ ਨਹੀਂ ਤੇ ਵਿੱਚ ਨੜਾ ਦੇ ਤੁਸੀਂ ਚੱਲ ਤੇਰਾ ਬਹੁਤ ਬਹੁਤ ਧੰਨਵਾਦ ਭੈਣੇ ਜਿਹੜੀ ਤੂੰ ਪਰਚੇ ਤੋਂ ਬਚਤ ਕਰਾਤੀ ਸਾਡੀ ਸਾਨੂੰ ਪਤਾ ਲੱਗ ਗਿਆ ਸੀ ਹੌਲਦਾਰ ਤੋਂ ਹਾਂ ਫਿਰ ਮੈਂ ਨਜਾਇਜ਼ ਥੋੜਾ ਹੋਣ ਦੇਣਾ ਸੀ ਤੁਹਾਡੇ ਨਾਲ ਜਦੋਂ ਮੈਨੂੰ ਸਾਰੀ ਗੱਲ ਦਾ ਪਤਾ ਸੀ ਮੰਨੀ ਨਹੀਂ ਭੈਣੇ ਗਰਮ ਸਵਾਹ ਦੀ ਹੈ ਨਾ ਮੈਂ ਤਾਂ ਭੈਣੇ ਰਿਸ਼ਤਾ ਕਰਾ ਕੇ ਪਛਤਾਈ ਜਾਂਦੀ ਹਾਂ ਮੈਂ ਤਾਂ ਇਹੋ ਜਿਹਾ ਕੰਮ ਕਦੇ ਕਰਿਆ ਨਹੀਂ ਸੀ ਲੈਣਾ ਨਹੀਂ ਸੀ ਦੇਣਾ ਨਹੀਂ ਸੀ ਚੱਲ ਪਤਾ ਨਹੀਂ ਨਾ ਹੁੰਦਾ ਉਹੀ ਤਾਂ ਗੱਲ ਹੈ ਬਈ ਪਹਿਲਾਂ ਵਿੱਚ ਫਸਦਾ ਜਦੋਂ ਬੰਦਾ ਫੇਰ ਹੀ ਬਾਹ ਪੈਂਦਾ ਬਸ ਫੇਰ ਪਤਾ ਲੱਗਦਾ ਬਾਹ ਪਏ ਤੋਂ ਰਾਹ ਜਾਣੀਏ ਜਾਂ ਰਾਹ ਪਏ ਤੋਂ ਜਾਣੀਏ ਕਹਿੰਦੇ ਨਹੀਂ ਹੁੰਦੇ ਬਾਕੀ ਲਿਖੀਆਂ ਦੇ ਨਵੇੜੇ ਹੁੰਦੇ ਨੇ ਬਾਈ ਲਿਖਿਆ ਸੀਗਾ ਹਾਂ ਲਿਖੀਆਂ ਦੇ ਨਵੇੜੇ ਹੁੰਦੇ ਨੇ ਜੇਲ ਜਾਣਾ ਲਿਖਿਆ ਸੀ ਤੂੰ ਕਿਹੜਾ ਮਾੜੇ ਨੂੰ ਕਰਾਇਆ ਸੀ ਭੈਣੇ ਕਰਾਇਆ ਤਾਂ ਚੰਗੇ ਨੂੰ ਸੀ ਕਦੋਂ ਕਿ ਤੱਕ ਜ਼ਮਾਨਤ ਹੋ ਜੂ ਬਾਈ ਫਿਰ ਉਹਨਾਂ ਦੀ ਹਜੇ ਤਾਂ ਭੈਣੇ ਲੱਗ ਜੂਗਾ ਡੇਢ ਮਹੀਨਾ ਵਕੀਲ ਕਹਿੰਦਾ ਅੱਛਾ ਦਾਜ ਦੇ ਇਹ ਦਾ ਪਰਚਾ ਨਾ ਇੰਨੀ ਸੌਖੀ ਜ਼ਮਾਨਤ ਕਿੱਥੇ ਹੁੰਦੀ ਹੈ ਟਾਈਮ ਤਾਂ ਲੱਗਦਾ ਨਾ ਹਾਂ ਸਹੀ ਗੱਲ ਹੈ ਬਾਈ ਆ ਗਏ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬੇਬੇ ਆ ਜਾਓ ਬਹਿ ਜਾਓ ਬਹਿ ਜਾ ਬਾਬੂ ਬਹਿ ਚੱਲ
ਚੱਲ ਸ਼ੁਕਰ ਹੈ ਪਰਮਾਤਮਾ ਦਾ, ਜਿਹੜੀ ਤੁਹਾਡੀ ਜਵਾਨਤ ਹੋ ਗਈ, ਮੈਨੂੰ ਤਾਂ ਬਾਹਲੀ ਖੁਸ਼ੀ ਹੋਈ, ਇਹਨਾਂ ਨੇ ਦੱਸਿਆ ਵੀ ਨਹੀਂ ਫੋਨ 'ਤੇ ਕਿਹੜਾ ਜਵਾਨਤ ਹੋ ਗਈ। ਹੋਰ ਪਹਿਲਾਂ ਮੈਨੂੰ ਵੀ ਡਰ ਲੱਗੀ ਜਾਂਦਾ ਸੀਗਾ, ਮੈਂ ਪਤਾ ਨਹੀਂ ਕੀ ਬਣੂਗਾ ਯਾਰ। ਫਿਰ ਵਕੀਲ ਨੇ ਆ ਕੇ ਜਦੋਂ ਮੈਨੂੰ ਕਿਹਾ, ਕਹਿੰਦਾ ਵਧਾਈਆਂ ਬਾਈ ਜਮਾਨਤ ਮਨਜ਼ੂਰ ਹੋ ਗਈ, ਫਿਰ ਮੈਂ ਤੈਨੂੰ ਫੋਨ ਕਰਿਆ ਸਿੱਧਾ। ਫਿਰ ਵਕੀਲ ਕਹਿੰਦਾ ਜਮਾਨਤ ਭਰਾਉਣੀ ਆ, ਕਹਿੰਦਾ ਅੱਜ ਭਰਾ ਲਓ। ਮੈਂ ਕਿਹਾ ਭਰਾ ਦੇ ਯਾਰ, ਕੰਮ ਨਿਬੇੜੀ ਦੇ। ਜਮ੍ਹਾਂ ਬੰਦੀਆਂ ਮੈਂ ਲੈ ਕੇ ਗਿਆ ਤੀ ਨਾਲ, ਕੰਮ ਨਿਬੇੜ। ਮੈਂ ਕਿਹਾ ਭਰਾ ਚੱਲ ਆ ਵੀ ਵਧੀਆ ਹੋ ਗਿਆ ਯਾਰ, ਤੂੰ ਜਮ੍ਹਾਂ ਬੰਦੀਆਂ ਲੈ ਗਿਆ ਨਾਲ। ਹੋਰ ਕੰਮ ਨਿਬੜ ਗਿਆ ਪਰਾਂ। ਇੱਕ ਗੱਲ ਹੈ ਭੈਣੇ, ਬੇਇੱਜ਼ਤੀ ਵਾਲੀ ਯਾਦੇ ਹੋ ਗਈ। ਜੇਲ੍ਹ 'ਚ ਮੈਨੂੰ ਐਂ ਛੇੜੀ ਜਾਂਦੇ ਰਹਿੰਦੇ, ਲੈਣੀ ਹੈ ਕਾਰ ਮਿਲ ਗਈ, ਕਾਰ ਲੈਣੀ ਐਂ ਕਹੀ ਜਾਂਦੇ ਬਾਈ, ਵਾਲੀ ਬੇਇੱਜ਼ਤੀ ਹੋ ਗਈ ਯਾਰ। ਮੈਂ ਤਾਂ ਕਿਸੇ ਨੂੰ ਪਿੰਡ 'ਚ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ ਬਾਈ। ਅਗਲਾ ਕਹਿ ਦੂਗਾ ਦਾਜ ਮੰਗ ਦੇ ਤੀ, ਤਾਂ ਹੀ ਜੇਲ੍ਹ ਗਏ ਨੇ ਇਹ। ਲੈ ਬਾਈ ਤੂੰ ਐਵੇਂ ਨਾ ਗੱਲ ਮੰਨ 'ਤੇ ਲਾਇਆ ਕਰ, ਫਿਰ ਕੀ ਹੋ ਗਿਆ ਤੇਰਾ, ਕਿਹੜਾ ਕਸੂਰ ਤੀ? ਨਾਲੇ ਲੋਕਾਂ ਨੂੰ ਹੌਲੀ ਹੌਲੀ ਆਪੇ ਪਤਾ ਲੱਗ ਜੂਗਾ ਵੀ ਇਹਦਾ ਕਸੂਰ ਨਹੀਂ ਤੀ ਕੋਈ। ਪਤਾ ਕੀ ਲੱਗ ਜੂਗਾ, ਕੀ ਪਤਾ ਲੱਗ ਜੂਗਾ? ਅਗਲਾ ਤਾਂ ਐਂ ਕਹੂਗਾ ਵੀ ਦਾਜ ਮੰਗਦੀ ਤੀ, ਤਾਂ ਹੀ ਗਏ ਨੇ ਜੇਲ੍ਹ 'ਚ। ਹੁਣ ਹੋਰ ਕੀ ਕਹਿਣਗੇ ਲੋਕ, ਐਂ ਕਹਿਣਗੇ ਵੀ ਕਿਹੜਾ ਕੋਈ ਚੋਰ ਨੂੰ ਗਈ ਤੀ। ਚੱਲ ਕੋਈ ਨਾ ਬੱਬੂ, ਕੋਈ ਨਾ ਬੰਦਿਆਂ ਨਾਲ ਹੀ ਬਣਦੀਆਂ ਨੇ, ਕੋਈ ਨਾ। ਫਿਰ ਕੀ ਹੋ ਗਿਆ ਹੈਂ? ਹੌਲੀ ਹੌਲੀ ਸਾਰਾ ਕੁਛ ਠੀਕ ਹੋ ਜੂ। ਵਿਚੋਲਣ ਨਾਲ ਵੀ ਗੱਲ ਹੋਈ ਤੀ ਸਾਡੀ, ਉਹ ਵੀ ਕਹੀ ਤੀ ਮੈਂ ਹੌਲੀ ਹੌਲੀ ਗੱਲ ਚਲਾਉਂਗੀ, ਕਹਿੰਦੀ ਰਾਜ਼ੀਨਾਮੇ ਦੀ, ਕੇਰਾਂ ਰਾਜ਼ੀਨਾਮਾ ਹੋ ਜੇ ਬਸ ਫਿਰ ਆਪਾਂ ਤਲਾਕ ਹੀ ਲੈ ਲਾਂਗੇ ਉਹਨਾਂ ਤੋਂ, ਲੋੜ ਹੀ ਨਹੀਂ, ਨਿਬੇੜਾਂਗੇ ਸਭ ਪਰਾਂ ਜੱਬ। ਹੁਣ ਤਾਂ ਕੋਈ ਨਾ, ਤੂੰ ਹਜੇ ਹੌਸਲਾ ਰੱਖ, ਕੋਈ ਗੱਲ ਨਹੀਂ। ਕਿੰਨੀ ਸੱਚੇ ਹੋਈ ਜਾਈਏ ਬਾਈ ਪਿੰਡ 'ਚ, ਅਗਲਾ ਤਾਂ ਨਹੀਂ ਮੰਨਦਾ। ਕੋਈ ਨਾ ਚੱਲ ਨਾ ਮੰਨੇ ਫਿਰ, ਇਹ ਤਾਂ ਨਹੀਂ ਹੁਣ ਮਨ ਤੇ ਗੱਲ ਆਉਣੀ ਵਾਰੀ ਹੌਲੀ ਹੌਲੀ, ਹੁਣ ਤੇਰਾ ਲੋੜ ਪੈ ਜੂਗਾ ਦਿਮਾਗ ਤੇ, ਫਿਰ ਐਂ ਗੱਲਾਂ ਕਰਕੇ ਵੀ ਕੀ ਬਣੂਗਾ। ਬਣਦਾ ਤਾਂ ਹੱਲ ਤਾਂ ਹੈ ਨਹੀਂ ਗੱਲਾਂ ਕਰਕੇ, ਮਨ ਤੇ ਲਾ ਕੇ ਵੀ ਨਹੀਂ ਹੱਲ ਹੈਗਾ। ਬੰਦਿਆਂ ਨਾਲ ਹੀ ਹੁੰਦੀਆਂ ਨੇ, ਹੋਰ ਜੇਲ੍ਹ ਵੀ ਬੰਦੀ ਜਾਂਦੇ ਨੇ। ਚਲੋ ਸ਼ੁਕਰ ਹੈ ਪਰਮਾਤਮਾ ਦਾ, ਪਰਚੇ ਦਾ ਰਾਜ਼ੀਨਾਮਾ ਵੀ ਹੋ ਗਿਆ, ਅਖੀਰ ਤਲਾਕ ਵੀ ਹੋ ਗਿਆ। ਹੋਰ ਇਹ ਤਾਂ ਪੰਮੀ ਕਰਕੇ ਹੋ ਗਿਆ, ਵਿਚਾਰੀ ਕਰਕੇ, ਪੰਮੀ ਨੇ ਜ਼ੋਰ ਪਾਇਆ ਤਾਂ ਹੋ ਗਿਆ, ਨਹੀਂ ਕਿੱਥੇ ਹੁੰਦਾ ਸੀ। ਹੋਰ ਨਹੀਂ ਹੁੰਦਾ ਤੇ ਅਜੇ। ਹੋਰ ਮੈਨੂੰ ਤਾਂ ਬੱਬੂ ਦੀ ਵਾਲਾ ਆਉਂਦਾ ਹੈਗਾ, ਜਵਾਕ ਭੋਰਾ ਕਰੇ ਗਿਆ। ਹੋਰ ਫਿਕਰਾਂ 'ਚ ਨਜਾਇਜ਼ ਵੀ ਹੋਈ ਆ ਵਿਚਾਰੇ ਨਾਲ, ਕੀ ਕਰੇ ਬੇਬੇ ਨੇ ਵਾਲੀ ਭੈੜੀ ਕਰੀ ਆ ਬਈ, ਚਾਹੇ ਮੇਰੀ ਮਾਂ ਹੀ ਹੈਗੀ, ਦਾਜ ਮੰਗਣਾ ਦਾ ਵਾਲਾ ਗਲਤ ਹੈ। ਮਨ ਤੇ ਗੱਲ ਲਾ ਗਿਆ ਵਿਚਾਰਾ, ਮਨ ਦਾ ਸੋਹਲ ਬੰਦਾ ਹੁੰਦਾ ਜਿਹੜਾ ਹੀ ਹੁੰਦਾ, ਤਾਂ ਕਹਿੰਦੇ ਆ। ਹੋਰ ਗੱਡੀ ਚੱਕ ਲੈਣੀ ਜਿਹੜੀ ਦਾਜ ਮਿਲੀ ਸੀ, ਤਾਈ ਤਾਈ ਛੋਟਾ ਬੱਬੂ ਨਹਿਰ ਛਾਲ ਮਾਰ ਗਿਆ, ਮੈਨੂੰ ਤੁਹਾਡੇ ਤੇਜੀ ਨੇ ਸਾਨੂੰ ਲੱਗਣ ਦੱਸਿਆ। ਹਾਏ ਕੀ ਹੋ ਗਿਆ ਬਿਆ, ਛਾਲ ਮਾਰ ਗਿਆ ਕਿੱਥੇ? ਮੈਂ ਤੈਨੂੰ ਬਹੁਤ ਵਾਰੀ ਸਮਝਾਇਆ ਤੀ ਬੇਬੇ ਵੀ ਤੂੰ ਕਾਰ ਦੀ ਗੱਲ ਨਾ ਕਰ, ਹੁਣ ਅੱਗ ਲਾ ਲਿਆ ਕਾਰ ਨੂੰ, ਆਪਦਾ ਪੁੱਤ ਗਵਾ ਕੇ ਬਹਿ ਗਈ, ਨਾਲੇ ਮੈਂ ਆਪਦਾ ਭਾਈ ਗਵਾ ਲਿਆ। ਚੱਲ ਚੁੱਪ ਕਰ ਸੁਭਾਨ, ਚੁੱਪ ਕਰ। ਜਦੋਂ ਆ ਕੇ ਰਾਗੀਆਂ ਦੀ ਗੱਲ ਹੋਏਗਾ ਬਣਦਾ, ਮੈਨੂੰ ਕੀ ਪਤਾ ਤੀ ਸੁਖਪਾਲ ਪੁੱਤ ਵੀ ਮੇਰੀ ਗਲਤੀ ਨਾਲ ਮੇਰੇ ਪੁੱਤ ਨੂੰ ਜਾਣ ਤੋਂ ਹੱਥ ਧੋਣੇ ਪੈ ਜਾਣਗੇ। ਕੀ ਕਰਦਾ ਫਿਰ ਉਹ ਹੈਂ? ਕਰਦਾ ਕੀ ਜੋ ਬੰਦੇ ਤੇ ਨਜਾਇਜ਼ ਦਾਗ ਲੱਗ ਜੇ, ਫਿਰ ਐਂ ਕਰਦਾ ਹੁੰਦਾ ਅਣਖੀ ਬੰਦਾ ਹੋਵੇ ਜਿਹੜਾ ਹੈਂ? ਪਰ ਮੈਂ ਤੈਨੂੰ ਇੱਕ ਗੱਲ ਦੱਸ ਦਿੰਦਾ ਬੇਬੇ,
ਤੂੰ ਤਾਂ ਚੱਲ ਅਨਪੜ੍ਹ ਸੀਗੀ, ਉਹ ਤਾਂ ਪੜ੍ਹੀ ਲਿਖੀ ਸੀ, ਅਕਲ ਉਹਨੂੰ ਵੀ ਧੇਲੇ ਦੀ ਨਹੀਂ ਹੈਗੀ, ਗੱਲ ਸੰਭਲ ਸਕਦੀ ਸੀ ਜੇ ਸੰਭਾਲਣਾ ਚਾਹੁੰਦੀ ਉਹ, ਐਡੀ ਕੋਈ ਗੱਲ ਨਹੀਂ ਸੀ, ਪਰ ਉਹਨੇ ਕੋਸ਼ਿਸ਼ ਨਹੀਂ ਕਰੀ। ਹੈਂ, ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿੰਦਾ, ਜਿੱਥੇ ਮਰਜ਼ੀ ਵਗ ਜੇ ਚਾਹੇ ਉਹ, ਪਰ ਉਹਨੂੰ ਬੱਬੂ ਵਰਗਾ ਹੀਰਾ ਬੰਦਾ ਨਹੀਂ ਮਿਲਣਾ, ਨਾ ਇਹੋ ਜਿਹਾ ਮੁੰਡਾ ਨਹੀਂ ਉਹਨੂੰ ਥਿਆਉਣਾ। ਇਹ ਮੈਂ ਗੱਲ ਦੱਸਤੀ ਤੁਹਾਨੂੰ, ਪੜ੍ਹੀ ਲਿਖੀ ਮੂਰਖ ਤੀ ਉਹ ਤਾਂ, ਫਿਰ ਜ਼ਿਆਦਾ ਸਿਆਣੀ ਸਮਝਦੀ ਤੀ ਆਪਦੇ ਆਪ ਨੂੰ। ਸਹੀ ਗੱਲ ਹੈ ਸੋਡੀ, ਵੀ ਰੁੜ ਜਾਣੀ ਹੈ ਜਦੋਂ ਮੁੰਡੇ ਨੇ ਤੈਨੂੰ ਕਦੇ ਕੁਛ ਨਹੀਂ ਕਿਹਾ, ਵੇ ਤੋ ਤੇ ਤੂੰ ਉਹ 'ਤੇ ਵੀ ਨਹੀਂ ਤਰਸ ਕਰ ਸਕੀ, ਹੀਰੇ ਵਰਗਾ ਮਰਵਾ ਕੇ ਧਰਤਾ, ਸ਼ਰਮ ਦਾ ਮਾਰਾ ਮਰ ਗਿਆ ਵਿਚਾਰਾ। ਨਰਮਤੀ ਨਾ ਪਹਿਲੇ ਦਿਨੋਂ, ਇਹੋ ਜਿਹਾ ਕੁਛ ਕਿੱਥੇ ਦੇਖਿਆ ਸੀ ਉਹਨੇ ਕਦੇ। ਬੇਬੇ ਕਿੱਥੇ ਗਈ ਬਾਪੂ? ਉਹ ਤਾਂ ਪੁੱਤ ਗੁਰੂ ਘਰ ਗਈ ਆ ਮੱਥਾ ਟੇਕਣ, ਹੁਣ ਤੈਨੂੰ ਦੂਜੇ ਥਾਂ 'ਚ ਵੀ ਵਿਆਹਤਾ ਸੀ ਪੁੱਤ, ਉੱਥੇ ਕੀ ਹੋ ਗਿਆ, ਹੁਣ ਤੂੰ ਕਿਉਂ ਆ ਗਈ ਭਾਈ? ਬਾਪੂ ਉਹ ਤਾਂ ਚਿੱਟੇ ਦੇ ਟੀਕੇ ਲਾਉਂਦਾ ਸੀ, ਬਾਹਲਾ ਨਸ਼ਾ ਕਰਦਾ ਸੀ, ਦੌਰੇ ਪੈਂਦੇ ਸੀ ਉਹਨੂੰ, ਜੇ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਸੀ ਮੈਨੂੰ ਕੁੱਟਦਾ ਮਾਰਦਾ ਸੀ। ਆਪਾਂ ਤਾਂ ਬਾਹਲੇ ਕਸੂਤੇ ਫਸ ਗਏ ਬਾਪੂ, ਮੇਰੀ ਤਾਂ ਜ਼ਿੰਦਗੀ ਬਰਬਾਦ ਹੋ ਗਈ। ਇਹ ਤਾਂ ਪੁੱਤ ਤੂੰ ਉਦੋਂ ਸੋਚਣਾ ਸੀ, ਉਹਨਾਂ ਨਾਲ ਤਾਂ ਤੈਂ ਵਿਗਾੜ ਲਈ, ਹੁਣ ਉਹ ਜਿਹਾ ਮੁੰਡਾ ਕਿੱਥੇ ਮਿਲਣਾ ਸੀ ਤੈਨੂੰ? ਕੰਮਕਾਰ ਵਾਲਾ ਮੁੰਡਾ ਸੀ, ਕਿੰਨਾ ਮਿਹਨਤੀ ਸੀ, ਨਾ ਕੋਈ ਨਸ਼ਾ ਕਰਦਾ ਸੀ, ਹੈਂ, ਬਹੁਤ ਚੰਗਾ ਮੁੰਡਾ ਸੀ ਉਹ ਤਾਂ, ਐਵੇਂ ਬਿਨਾਂ ਵਜ੍ਹਾ ਤੋਂ ਪਰਚਾ ਕਰਾਤਾ ਤਾ ਉਹਨਾਂ 'ਤੇ, ਤੈਂ ਉਹਦੀ ਮਾਂ ਤੋਂ ਕੀ ਲੈਣਾ ਸੀ ਜਦੋਂ ਦੂਜਾ ਪਰਿਵਾਰ ਸਾਰਾ ਤੇਰੇ ਨਾਲ ਸੀ, ਉਹਦੇ ਭੈਣ ਭਣੂਈਆ ਤੇਰੇ ਨਾਲ ਸੀ, ਮੁੰਡਾ ਤਾਂ ਤੇਰੇ ਨਾਲ ਸੀ, ਉਹਦੀ ਮਾਂ ਨੂੰ ਬਿਠਾ ਕੇ ਆਪਾਂ ਬੇਸ਼ਰਮੀ ਦੇ ਦਿੰਦੇ, ਇੱਥੇ ਤੱਕ ਗੱਲ ਨਹੀਂ ਪਹੁੰਚਾਉਣੀ ਸੀ ਤਾਂ ਪੁੱਤ, ਨਾਲੇ ਤੇਰੀ ਗਲਤੀ ਨਾਲ ਉਹ ਮੁੰਡੇ ਦੀ ਜਾਨ ਵਗ ਗਈ ਵਿਚਾਰੇ ਦੀ, ਨਾਲੇ ਤਾਂ ਆਪਦੀ ਜ਼ਿੰਦਗੀ ਬਰਬਾਦ ਕਰ ਲਈ, ਹੁਣ ਬੈਠੀ ਰਹਿ ਉੱਥੇ, ਅਸੀਂ ਕੀ ਕਰ ਸਕਦੇ ਹੁਣ, ਹੁਣ ਕੁੱਟੇ ਮਾਰੇ ਜੋ ਮਰਜ਼ੀ ਕਰੇ, ਹੁਣ ਸਾਥੋਂ ਬੁੱਢੇ ਸਰੀਰਾਂ ਤੋਂ ਤੇਰੇ ਮਗਰ ਵਾਰੀ ਵਾਰੀ ਨਹੀਂ ਤੁਰਿਆ ਜਾਂਦਾ ਭਾਈ। ਹਾਂਜੀ, ਸਤਿ ਸ਼੍ਰੀ ਅਕਾਲ, ਸਲਾਮ ਦਾਬ, ਨਮਸਕਾਰ, ਤੁਸੀਂ ਜੁੜੇ ਹੋ ਪਿੰਡੂ ਵਿਰਸਾ ਦੇ ਨਾਲ। ਹੁਣ ਵਾਰੀ ਹੈ ਤੁਹਾਡੀ ਕਮੈਂਟ ਕਰਨ ਵਾਲੇ ਦੀ, ਅਰੋਹੀ, ਅੰਗਤ ਸਿੰਘ, ਬਾਬਾ ਫਰੀਦਾਬਾਦ, ਅਮੈਸ਼ਾ ਭੁੱਲਰ, ਆਇਸ਼ਾ ਭੁੱਲਰ, ਦੀਪ ਧਾਲੀਵਾਲ, ਜੱਸੀ ਕੌਰ ਰੰਗੀ, ਨੀਲਮ ਸਿੰਘ, ਮਨਦੀਪ ਸੰਧੂ, ਲਖਵੀਰ ਕੌਰ, ਸ਼ਾਨਵੀਰ ਸੰਧੂ ਪਿੱਪਲੀ, ਗੁਰਮੀਤ ਕੌਰ ਬਨੂੜ, ਜਿੰਮੀ ਬਾਬਰਪੁਰ ਨਾਭਾ, ਗੁਰਜਸ ਦਿੜਬਾ, ਵੀਰਪਾਲ ਪੈਰੀ ਮਾਨਸਾ, ਕਿਸਮਤ ਕੌਰ, ਹਰਜਿੰਦਰ ਸਿੰਘ ਚੰਡੀਗੜ੍ਹ, ਅਹਿਮਦ ਰਾਜਾ ਪਾਕਿਸਤਾਨ, ਹਸਨੀਨ ਅਸ਼ਰਫ ਹਨੂਮਾਨਗੜ੍ਹ, ਦਲਵੀਰ ਕੌਰ, ਰਜਿੰਦਰ ਕੌਰ ਗਿੱਲ ਬਰਨਾਲਾ, ਨੰਦ ਕਿਸ਼ੋਰ ਅਤੇ ਲਖਵਿੰਦਰ ਕੌਰ ਲਖਮੀਰਿਆਣਾ। ਸ਼ੁਕਰੀਆ ਜੀ, ਮਿਹਰਬਾਨੀ, ਜਿਹੜਾ ਤੁਸੀਂ ਐਪਰੀਸ਼ੀਏਟ ਕਰ ਰਹੇ ਹੋ, ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਅਤੇ ਕਰਦੇ ਰਹੋ ਸੋਹਣੇ ਸੋਹਣੇ ਕਮੈਂਟ, ਵੀਡੀਓ ਵਧੀਆ ਤੋਂ ਵਧੀਆ ਤੁਹਾਡੇ ਵਾਸਤੇ ਆਉਂਦੀਆਂ ਰਹਿਣਗੀਆਂ। ਲਾਈਕ, ਸ਼ੇਅਰ ਐਂਡ ਕਮੈਂਟ ਕਰਨਾ ਨਾ ਭੁੱਲਿਆ ਕਰੋ। ਮਿਹਰਬਾਨੀ ਜੀ, ਰੱਬ ਰਾਖਾ।